हाँ जी प्यारे विद्यार्थियों, अज आप सभ्याचार दे अपने विषय दे विच जिहड़ा एक उप विषा इस बार नवा पाठक्रम दे विच शामिल किया गया कबायली सभ्याचार, उस बारे कुछ मुढ़लियां गल्लां करांगे। कबायली सभ्याचार जदों ही साडे जहन दे विच गूंजदा शब्द तां जिहड़े भाव इहदे विचों पैदा हुंदे ने उहनां भावां दे विचों कुछ एक गल्लां इह ने कि इह इतिहास दी तौर तों निखड़े होए लोक ने जिहड़े कि इतिहासक तौर ते पछड़ चुके ने, ते जिथे हुण मनुखता दा इतिहास प्रगति करदा करदा पहुंचिआ, इस प्रगति तों ये निखड़े हुए ने ते इस प्रगति दे लाभ इन्हां दे जीवन दा हिस्सा नहीं है। पंजाब दे विच रहिंदिआं होइआं जिस तरह दे ट्राइबल लोकां नाल, जिस तरह दे कबायली लोकां नाल साडा वाह पैंदा है, जां जिन्हां नूं असीं कबीलियां दे नाम दे उपर जाणदे हां, उह सारे ज्यादातर घुमंतू कबीले ने, एक थां ते टिक के ना रहण वाले, एक थां तों दूजी थां, दूजी थां तों तीजी थां, एक पिंड तों दूजे पिंड, एक पिंड तों शहर, शहर तों पिंड, इस तरह नाल लगातार गति विच रहण वाले लोग समझे जांदे ने। ते तुसीं अपने पिंडां दे विच इन्हां दे टिकाणे बणदे ते इन्हां नूं उत्थों फिर जांदे हुए देखदे रहे होवोगे। इन्हां घुमंतू कबीलियां दा ज्यादातर जिहड़ा संबंध है ਉਹ ਰਾਜਸਥਾਨ ਦੇ ਨਾਲ ਹੈ। ਜੇ ਕੁਝ ਇੱਕ ਦਾ ਨਾਮ ਲੈਣਾ ਹੋਵੇ ਤਾਂ ਉਹਦੇ ਵਿੱਚ ਬਾਜ਼ੀਗਰ ਕਬੀਲਾ, ਸਿਕਲੀਗਰ ਕਬੀਲਾ, ਜਿਹੜੇ ਇੱਕ ਲੋਹਾਰਾਂ ਦਾ ਜਿਹੜਾ ਕਬੀਲਾ ਹੈਗਾ ਉਹ ਇਸ ਤਰ੍ਹਾਂ ਨਾਲ, ਢਹੇ, ਸਾਂਸੀ, ਇਸ ਤਰ੍ਹਾਂ ਜਿਹੜੇ ਕਬੀਲੇ ਨੇ ਉਹਨਾਂ ਨੂੰ ਅਸੀਂ ਆਪਣੇ ਨੇੜੇ ਤੇੜੇ ਦੇਖ ਸਕਦੇ ਹਾਂ, ਗੰਧੀਲਿਆਂ ਨੂੰ ਦੇਖ ਸਕਦੇ ਹਾਂ। ਇਸ ਕਿਸਮ ਦੇ ਕੁਝ ਕਬੀਲੇ ਜਿਹੜੇ ਪੰਜਾਬ ਦੇ ਵਿੱਚ ਨਿਵਾਸ ਕਰਦੇ ਨੇ ਤੇ ਪੰਜਾਬ ਦੇ ਵਿੱਚ ਲਗਾਤਾਰ ਘੁੰਮਦੇ ਰਹਿੰਦੇ ਨੇ, ਇੱਕ ਟਿਕਾਣੇ ਤੋਂ ਦੂਜੇ ਟਿਕਾਣੇ ਵੱਲ ਜਾਂਦੇ ਰਹਿੰਦੇ ਨੇ। ਜਿਹੜਾ ਲੋਹਾਰ ਕਬੀਲਾ ਮੈਂ ਕਿਹਾ ਸੀ, ਲੋਹਾਰਾਂ ਦਾ ਗਾਡੀ ਲੋਹਾਰ ਕਬੀਲੇ ਦੇ ਨਾਲ ਉਸਨੂੰ ਜਾਣਿਆ ਜਾਂਦਾ, ਕਿਉਂਕਿ ਉਹ ਗੱਡੀਆਂ ਵਾਲੇ ਵੀ ਕਹੇ ਜਾਂਦੇ ਨੇ ਤੇ ਗੱਡੀਆਂ ਵਾਲੇ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਪਰ ਮੂਵ ਕਰਦੇ ਨੇ, ਲਗਾਤਾਰ ਗਤੀ ਦੇ ਵਿੱਚ ਰਹਿੰਦੇ ਨੇ। ਇਹਨਾਂ ਕਬੀਲਿਆਂ ਨੂੰ ਅਸੀਂ ਜਾਣਦੇ ਹਾਂ, ਪਰ ਜਦੋਂ ਅਸੀਂ ਕਬਾਇਲੀ ਸੱਭਿਆਚਾਰ ਕਹਿੰਦੇ ਹਾਂ ਤਾਂ ਪੰਜਾਬ ਦੇ ਵਿੱਚ ਤਾਂ ਇਸ ਦਾ ਅਰਥ ਇਹੀ ਹੈ ਕਿ ਪੰਜਾਬ ਦੇ ਵਿੱਚ ਰਾਜਸਥਾਨ ਦੇ ਮੂਲ ਨਾਲ ਜੁੜੇ ਹੋਏ ਲੋਕ, ਜਿਹੜੇ ਜਿਹਨਾਂ ਦੇ ਬਿਰਤਾਂਤਾਂ ਦੇ ਵਿੱਚ ਲਗਾਤਾਰ ਇਹ ਆਉਂਦਾ ਕਿ ਉਹ ਰਾਜਸਥਾਨ ਤੋਂ ਕਿਸੇ ਵਿਸ਼ੇਸ਼ ਸਮੇਂ, ਕਿਸੇ ਵਿਸ਼ੇਸ਼ ਕਾਲ ਜਾਂ ਕਿਸੇ ਵਿਸ਼ੇਸ਼ ਇਤਿਹਾਸਕ ਘਟਨਾ ਕਰਕੇ, ਕਿਸੇ ਯੁੱਧ ਤੋਂ ਬਾਅਦ, ਕਿਸੇ ਯੁੱਧ ਵਿੱਚ ਹਾਰ ਤੋਂ ਬਾਅਦ ਉਹ ਪੰਜਾਬ ਦੇ ਵਿੱਚ ਉਹਨਾਂ ਨੇ ਪ੍ਰਵੇਸ਼ ਕੀਤਾ ਜਾਂ ਉੱਥੋਂ ਉਹ ਉੱਜੜ ਗਏ। ਜੈਸਲਮੇਰ ਦੇ ਨਾਲ ਵੀ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਜੈਸਲਮੇਰ ਦੇ ਇਲਾਕੇ ਨਾਲ ਜੁੜੀਆਂ ਹੋਈਆਂ ਨੇ, ਜਿਹੜੀਆਂ ਰਾਜਪੂਤਾਂ ਦੀਆਂ ਮੁਗਲਾਂ ਨਾਲ ਲੜਾਈਆਂ ਹੋਈਆਂ, ਉਹਨਾਂ ਨਾਲ ਵੀ ਇਹਨਾਂ ਦੇ ਬਿਰਤਾਂਤ ਜੁੜੇ ਹੋਏ ਨੇ। ਤਾਂ ਉਹਨਾਂ ਬਿਰਤਾਂਤਾਂ ਦੇ ਹਵਾਲੇ ਨਾਲ ਇਹ ਆਪਣੇ ਆਪ ਨੂੰ ਉੱਥੋਂ ਉੱਜੜ ਗਏ ਕਹਿੰਦੇ ਨੇ, ਤੇ ਇਸ ਦੇ ਵਿੱਚ ਉਹ ਇਹ ਵੀ ਕਿਹਾ ਜਾਂਦਾ ਕਿ ਜਦੋਂ ਉਹ ਰਾਜ ਮੁੜ ਕੇ ਸਥਾਪਿਤ ਕਰ ਲੈਣਗੇ, ਮੁੜ ਕੇ ਹਾਸਲ ਕਰ ਲੈਣਗੇ ਜਿਹੜਾ ਇਹਨਾਂ ਨੇ ਉਹਨਾਂ ਯੁੱਧਾਂ ਵਿੱਚ ਗਵਾਇਆ ਸੀ, ਤਾਂ ਉਸ ਤੋਂ ਬਾਅਦ ਫੇਰ ਇਹ ਮੁੜ ਕੇ ਸਥਾਪਿਤ ਹੋਣਗੇ, ਉਦੋਂ ਤੱਕ ਇਹ ਟਿਕ ਕੇ ਨਹੀਂ ਬੈਠਣਗੇ, ਇਹਨਾਂ ਨੇ ਸਹੁੰ ਖਾਧੀ ਸੀ। ਕਮਾਲ ਦੀ ਗੱਲ ਹੈ ਕਿ ਇਹ ਜਿਹੜੀ ਕਹਾਣੀ ਹੈ ਥੋੜੇ ਬਹੁਤ ਫਰਕ ਨਾਲ ਉਹ ਸਾਰੇ ਹੀ ਜਿੰਨੇ ਘੁਮੰਤੂ ਕਬੀਲੇ ਪੰਜਾਬ ਦੇ ਵਿੱਚ ਮੌਜੂਦ ਨੇ ਉਹਨਾਂ ਸਾਰਿਆਂ ਦੀ ਹੀ ਇਹ ਲਗਭਗ ਸਾਂਝੀ ਕਹਾਣੀ ਹੈ। ਪਰ ਪੰਜਾਬ ਤੋਂ ਬਾਹਰ ਜਦੋਂ ਅਸੀਂ ਹੋਰ ਭਾਰਤ ਦੇ ਹਿੱਸਿਆਂ ਦੇ ਵਿੱਚ ਕਬੀਲਿਆਂ ਬਾਰੇ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਕਬੀਲੇ ਸਾਡੇ ਜਿਹੜੇ ਜੰਗਲਾਂ ਦੇ ਵਿੱਚ ਨਿਵਾਸ ਕਰਦੇ ਨੇ, ਜਿਹੜੇ ਕਿ ਜਿਨ੍ਹਾਂ ਨੇ ਜਿਹੜੀ ਸਾਡੀ ਸੱਭਿਅਤਾ ਦੇ ਵਿੱਚ ਵਿਕਾਸ ਹੋਇਆ ਜਾਂ ਪ੍ਰਗਤੀ ਹੋਈ, ਉਸ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕਰਨੀ ਲਾਜ਼ਮੀ ਨਹੀਂ ਸਮਝੀ। ਉਹ ਆਪਣੇ ਪੁਰਾਣੇ ਜੰਗਲੀ ਜੀਵਨ ਦੇ ਵਿੱਚ ਹੀ ਰਹਿੰਦੇ ਨੇ। ਤੁਸੀਂ ਬਹੁਤ ਸਾਰੀਆਂ ਖਬਰਾਂ ਪੜ੍ਹਦੇ ਹੋਵੋਗੇ ਜਦੋਂ ਉਹਨਾਂ ਕਬੀਲਿਆਂ ਦੇ ਵਿੱਚ
नक्सलवाड़ी जिहड़े तत्त ने उन्हां दी शमूलियत दी गल कीती जांदी है, उन्हां दी स्ट्रगलां दी, उन्हां दीआं संघर्षां दी गल कीती जांदी है, तां एक खास तरह का रंग भी फिर उन्हां कबीलियां नूं दित्ता जांदा, जिवें उह साडे मुख धारा दे सभ्याचार ते जीवन जाच नूं अपनाउण तों गुरेज कर रहे ने जां अपनाउण दा विरोध कर रहे ने। इस तरह नाल उह विकास दी साडी जिहड़ी मुख धारा दी कहानी है उस दे विच शामिल नहीं होना चाहुंदे, उह जंगलां दे विच ही रहना चाहुंदे ने। उहनां दी जिहड़ी जीवन जाच है उस दे विच उस तरह की विद्या नहीं है जिस तरह की विद्या की असीं गल करदे हां, उस तरह दीआं सिहत सहूलतां नहीं आ, ते जिहड़ा उहनां दा रहन सहन है वो बहुत ही प्रिमिटिव किस्म दा, पुरातन किस्म दा रहन सहन है। बहुत सारे जिहड़े कबीले ने उह नग्न रूप दे विच वी रहिंदे ने, औरतां ते मर्द सिर्फ तेड़ कपड़े पाउंदे ने, भाव लक दे कपड़े पाउंदे ने, ते उपरले जिहड़े कपड़े ने उहनां नूं धारण नहीं करदे। तां जदों असीं उहनां नूं देखदे हां तां सानूं अपने आप तों बहुत पछड़े हुए लोक प्रतीत हुंदे ने। उहनां दे नाल वी जिहड़ा कबायली सभ्याचार है उहनां दी जीवन जाच नाल वी जुड़िया होया। उहनां दे विचों जे असीं थोड़ा जिहा अग्गे चले जाएंगे, जिहड़ा अंडेमान निकोबार द्वीप समूह है उस दे विच वी कुछ एक ट्राइब रहिंदे ने, खास करके जोरावा ट्राइब की अक्सर अक्सर गल कीती जाती है। जोरावा नाम का एक ट्राइब है, उन्होंने जोरावा भी कहा जाता है, जोड़ावा भी कहा जाता है, तो उस कबीले की गल भी अक्सर असी सुनते होवे। तो वह शिकारी भी ने, वह उवें फल फुल इकट्ठा करते ने, जिस तरह नाल असी अपने पुरातन मनुख के बारे मुढ़ले तौर पर जो असी सभ्यता के इतिहास की गल शुरू करते हैं जिस तरह ना असीं उत्थे देखते हैं कि लोग फल फुल इकट्ठा करते सी, फूड गैदरिंग का असीं पड़ा कहने हैं, उस पड़ा दे विच अले भी लोग रह रहे ने, उहनां दी जीवन जाच नूं कबायली सभ्याचार दे नाम दे नाल जाणिया जांदा है। समुचे तौर ते घवंतू कबीलियां दी ते जिहड़े इक स्थान दे उपर सदियां तों बैठे ने, जंगलां दे विच बैठे ने, इक स्थान दे उपर बैठे हुए लोकां दी जीवन जाच नूं जिहड़े कि मुढ़ले फूड गैदरिंग जां शिकारी जीवन ਨੂੰ ਹੀ ਹਲੇ ਤੱਕ ਪਰਨਾਏ ਹੋਏ ਨੇ, ਉਹਨਾਂ ਨੂੰ ਅਸੀਂ ਕਬਾਇਲੀ ਸੱਭਿਆਚਾਰ ਦੇ ਨਾਮ ਦੇ ਨਾਲ ਜਾਣਦੇ ਹਾਂ। ਇਹਦਾ ਮਤਲਬ ਜਿਹੜਾ ਕਬਾਇਲੀ ਸੱਭਿਆਚਾਰ ਆ ਉਹ ਮੁੱਖ ਤੌਰ ਤੇ ਦੋ ਤਰ੍ਹਾਂ ਦਾ ਹੋ ਗਿਆ। ਇੱਕ ਕਬਾਇਲੀ ਸੱਭਿਆਚਾਰ ਜਿਹੜਾ ਘਮੰਤੂ ਕਬੀਲਿਆਂ ਦਾ ਸੱਭਿਆਚਾਰ ਹੈ ਜਿਸ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਵਾਬਸਤਾ ਵਾਂ, ਤੇ ਦੂਸਰਾ ਕਬਾਇਲੀ ਸੱਭਿਆਚਾਰ ਜਿਹੜੇ ਜੰਗਲਾਂ ਦੇ ਵਿੱਚ ਦੂਰ ਦੁਰਾਡੇ ਪਹਾੜੀ ਜੰਗਲਾਂ ਦੇ ਵਿੱਚ ਵੀ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਅਸੀਂ ਕਬਾਇਲੀ ਸੱਭਿਆਚਾਰ ਦੇ ਨਾਲ ਜੋੜਦੇ ਹਾਂ। ਇੱਥੇ ਇੱਕ ਗੱਲ ਜਿਹੜੀ ਕਰ ਲੈਣੀ ਜ਼ਰੂਰੀ ਹੈ ਕਿ ਲਗਾਤਾਰ ਹੀ ਜਿਹੜੀ ਕੋਈ ਵੀ ਕੇਂਦਰੀ ਸੱਤਾ ਜਾਂ ਮੁੱਖ ਧਾਰਾ ਦਾ ਸੱਭਿਆਚਾਰ ਹੁੰਦਾ ਉਹ ਇਹ ਕੋਸ਼ਿਸ਼ ਕਰਦਾ ਰਹਿੰਦਾ ਕਿ ਇਹਨਾਂ ਲੋਕਾਂ ਨੂੰ ਆਪਣੀ ਮੁੱਖ ਧਾਰਾ ਦੇ ਵਿੱਚ ਸ਼ਾਮਿਲ ਕਰਕੇ ਇਹਨਾਂ ਦੇ ਜੀਵਨ ਪੱਧਰ ਨੂੰ ਸਾਡੇ ਆਧੁਨਿਕ ਜੀਵਨ ਪੱਧਰ ਦੇ ਨੇੜੇ ਲਿਆਂਦਾ ਜਾਵੇ। ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਹੈ, ਇਹ ਸਿਧਾਂਤ ਦਾ ਸਵਾਲ ਵੀ ਹੈ ਅਤੇ ਇਹ ਪ੍ਰੈਕਟਿਸ ਦਾ ਸਵਾਲ ਵੀ ਹੈ, ਵਿਹਾਰ ਦਾ ਸਵਾਲ ਵੀ ਹੈ, ਹਨਾ ਕਿ ਕਿਸੇ ਇਸ ਤਰ੍ਹਾਂ ਦੇ ਜੀਵਨ ਜਾਚ ਨੂੰ ਪਰਨਾਏ ਹੋਏ ਲੋਕਾਂ ਦੇ ਬਾਰੇ ਇਸ ਕਿਸਮ ਦੀ ਜਿਹੜੀਆਂ ਪ੍ਰਤੀਮਾਨਕ ਨਿਰਣਾ ਦੇ ਕੇ ਕਿ ਉਹ ਪਛੜੇ ਹੋਏ ਲੋਕ ਨੇ, ਕੀ ਸਾਨੂੰ ਅਧਿਕਾਰ ਹੈਗਾ ਕਿ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਨਾਲ ਆਪਣੇ ਜੀਵਨ ਆਪਣੇ ਜੀਵਨ ਦੇ ਜਾਂ ਆਧੁਨਿਕ ਜੀਵਨ ਦੇ ਵਿੱਚ ਜ਼ਬਰਦਸਤੀ ਲੈ ਕੇ ਆਈਏ, ਜਿਸ ਤਰ੍ਹਾਂ ਨਾਲ ਕੋਸ਼ਿਸ਼ਾਂ ਜਿਹੜੀਆਂ ਅਕਸਰ ਹੁੰਦੀਆਂ ਰਹਿੰਦੀਆਂ ਨੇ। ਤੁਸੀਂ ਇਹ ਵੀ ਸੁਣਿਆ ਹੋਊਗਾ ਕਿ ਛੱਤੀਸਗੜ੍ਹ ਦੇ ਇਲਾਕੇ ਦੇ ਵਿੱਚ ਜਾਂ ਹੋਰ ਮੱਧ ਪ੍ਰਦੇਸ਼ ਦੇ ਇਲਾਕਿਆਂ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਮਾਈਨਸ ਨੇ, ਹਨਾ, ਬਹੁਤ ਸਾਰੀਆਂ ਜਿਹੜੀਆਂ ਖਾਨਾਂ ਨੇ, ਉਹਨਾਂ ਨੂੰ ਖੁਦਵਾਉਣ ਲਈ ਧਰਤੀ ਦੇ ਥੱਲੇ ਹੋਏ ਦਬੇ ਹੋਏ ਜਿਹੜੇ ਰਸਾਇਣ ਨੇ ਉਹਨਾਂ ਨੂੰ ਕੱਢਣ ਲਈ, ਹਨਾ, ਧਾਤਾਂ ਨੂੰ ਕੱਢਣ ਵਾਸਤੇ ਕਈ ਵਾਰ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੁੰਦੀ ਹੈ ਕਿ ਇਹਨਾਂ ਨੂੰ ਜੰਗਲਾਂ ਦੇ ਵਿੱਚੋਂ ਉਜਾੜਿਆ ਜਾਵੇ, ਤੇ ਇਹ ਲੋਕ ਉਸ ਜੰਗਲ ਦੇ ਤੋਂ ਜਿਹੜੇ ਉਜਾੜਨ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਨੇ ਉਸ ਦਾ ਡਟ ਕੇ ਵਿਰੋਧ ਕਰਦੇ ਨੇ, ਅਤੇ ਇਸ ਵਿਰੋਧ ਦੇ ਵਿੱਚ ਜਿਹੜੀਆਂ ਨਕਸਲਾਈਟ ਮੂਵਮੈਂਟ ਦੇ ਲੋਕਾਂ ਦੀ ਸ਼ਮੂਲੀਅਤ ਜਿਹੜੀ ਹੈਗੀ ਆ, ਇਸ ਵਿਰੋਧ ਨੂੰ ਇੱਕ ਵਿਸ਼ੇਸ਼ ਤਰ੍ਹਾਂ ਦੀ ਵਿਚਾਰਧਾਰਕ ਰੰਗਣ ਵੀ ਦੇ ਦਿੰਦੀ ਆ। ਇਸ ਲਈ ਇਹ ਸਾਰੀ ਜਿਹੜੀ ਸਥਿਤੀ ਆ ਇਸ ਦੇ ਵਿੱਚ ਇਹ ਸਵਾਲ ਖੜਾ ਹੋ ਜਾਂਦਾ ਹੈ ਕਿ ਮੰਨ ਲਓ ਕਿ ਰਾਜ ਜਿਹੜਾ ਹੈਗਾ ਉਹ ਇਹਨਾਂ ਤੋਂ
ਰਸਾਇਣ ਪ੍ਰਾਪਤ ਕਰਨ ਦੇ ਮਨਸ਼ਿਆਂ ਦੇ ਨਾਲ ਜਾਂ ਉਹਨਾਂ ਦੇ ਥੱਲੇ ਲੁਕੇ ਹੋਏ ਕੁਦਰਤੀ ਧਨ ਦੀ ਦੇ ਸ਼ੋਸ਼ਣ ਵਾਸਤੇ ਜਾਂ ਕੁਦਰਤ ਦੀ ਧਨ ਨੂੰ ਹਾਸਲ ਕਰਨ ਵਾਸਤੇ ਉਸ ਕੁਦਰਤੀ ਧਨ ਨੂੰ ਲੋਕਾਂ ਦੇ ਵਿਕਾਸ ਲਈ ਖਰਚਣ ਦੇ ਦਾਅਵੇ ਕਰਕੇ ਹੈ ਨਾ ਸਰਕਾਰ ਜਿਹੜੀ ਹੈਗੀ ਹੈ ਜਾਂ ਸੱਤਾ ਇਹਨਾਂ ਨੂੰ ਉੱਥੋਂ ਉਖਾੜਨਾ ਚਾਹੁੰਦੀ ਹੈ। ਪਰ ਜਦੋਂ ਅਸੀਂ ਸੋਚਦੇ ਹਾਂ ਕਿ ਜਿਹੜੀਆਂ ਧਿਰਾਂ ਇਹਨਾਂ ਦਾ ਸਮਰਥਨ ਕਰਦੀਆਂ ਨੇ ਉਹਨਾਂ ਦੇ ਕੋਲ ਕੀ ਕੋਈ ਸਰਕਾਰ ਤੋਂ ਬਦਲਵਾਂ ਮਾਡਲ ਹੋਊਗਾ ਜਿਸ ਦੇ ਵਿੱਚ ਕਿ ਉਹ ਇਹਨਾਂ ਨੂੰ ਇਸੇ ਰੂਪ ਦੇ ਵਿੱਚ ਰਹਿਣ ਦੇਣ ਦੇ ਬਾਰੇ ਸੋਚਣਗੇ। ਜੇ ਮੰਨ ਲਓ ਸਮਾਜਵਾਦ ਆ ਜਾਂਦਾ ਹੈ ਤਾਂ ਕੀ ਸਮਾਜਵਾਦ ਦੇ ਵਿੱਚ ਇਹਨਾਂ ਨੂੰ ਉਸੇ ਰੂਪ ਦੇ ਵਿੱਚ ਰੱਖਿਆ ਜਾਊਗਾ ਜਿਸ ਰੂਪ ਦੇ ਵਿੱਚ ਹੁਣ ਇਹ ਰਹਿਣਾ ਚਾਹੁੰਦੇ ਨੇ, ਜਾਂ ਇਹਨਾਂ ਨੂੰ ਜ਼ਬਰਦਸਤੀ ਦੀ ਥਾਂ ਦੇ ਉੱਪਰ ਪਿਆਰ ਨਾਲ, ਇਸਰਾਰ ਨਾਲ, ਇਹਨਾਂ ਦੀ ਮਾਨਸਿਕ ਬੌਧਿਕ ਤੌਰ ਤੇ ਹੌਲੀ ਹੌਲੀ ਇਹਨਾਂ ਦੇ ਮਨਾਂ ਦੇ ਵਿੱਚ ਇਹ ਗੱਲ ਬਿਠਾ ਕੇ ਕਿ ਤੁਹਾਨੂੰ ਅੱਗੇ ਤੁਰਨਾ ਚਾਹੀਦਾ, ਇਹਨਾਂ ਨੂੰ ਫੇਰ ਦੁਬਾਰਾ ਤੋਂ ਮੁੱਖ ਧਾਰਾ ਦੇ ਵਿੱਚ ਲਿਆਂਦਾ ਜਾਊਗਾ। ਇਸ ਕਿਸਮ ਦੇ ਸਵਾਲ ਖੜੇ ਹੁੰਦੇ ਨੇ। ਇਸੇ ਤਰ੍ਹਾਂ ਦੀਆਂ ਗੱਲਾਂ ਜਿਹੜੇ ਪੰਜਾਬ ਦੇ ਘੁਮੰਤੂ ਕਬੀਲੇ ਨੇ ਉਹਨਾਂ ਦੇ ਬਾਰੇ ਵੀ ਖੜੀਆਂ ਹੋਈਆਂ ਸੀ ਜਦੋਂ ਇਹਨਾਂ ਨੂੰ ਕ੍ਰਿਮੀਨਲ ਟ੍ਰਾਈਬ ਦੇ ਤੌਰ ਤੇ ਅੰਗਰੇਜ਼ਾਂ ਨੇ ਇੱਕ ਤਰ੍ਹਾਂ ਨਾਲ ਟੈਗ ਕਰਤਾ, ਦਾਗਤਾ ਕਿ ਇਹ ਜਿਹੜੇ ਹੈਗੇ ਨੇ ਅਪਰਾਧੀ ਕਿਸਮ ਦੇ ਕਬੀਲੇ ਨੇ। ਜਿਹੜੀ ਇਹ ਅਪਰਾਧੀ ਤੌਰ ਤੇ ਕਿਸੇ ਵਸੋਂ ਨੂੰ ਟੈਗ ਕਰਨ ਦੀ ਜਾਂ ਉਹਨਾਂ ਨੂੰ ਦਾਗ ਦੇਣ ਦੀ ਜਿਹੜੀ ਪ੍ਰਕਿਰਿਆ ਹੈਗੀ ਆ ਇਹ ਸਿਰਫ ਕਬੀਲਿਆਂ ਦੇ ਨਾਲ ਹੀ ਨਹੀਂ ਵਾਪਰਦੀ, ਹੋਰਾਂ ਲੋਕਾਂ ਦੇ ਨਾਲ ਵੀ ਇਹ ਵਾਪਰਦੀ ਰਹੀ ਹੈ। ਕਿਤੇ ਕਿਤੇ ਪੰਜਾਬੀਆਂ ਨੂੰ ਵੀ ਅੰਗਰੇਜ਼ਾਂ ਨੇ ਸਮੁੱਚੇ ਤੌਰ ਤੇ ਅਪਰਾਧਕ ਕਿਸਮ ਦੀਆਂ ਜਿਹੜੀਆਂ ਪ੍ਰਵਿਰਤੀਆਂ ਨੇ ਉਹਨਾਂ ਦੇ ਮਾਲਕ ਕਿਹਾ, ਸਿੱਖਾਂ ਨੂੰ ਵੀ ਉਹਨਾਂ ਨੇ ਕਿਤੇ ਕਿਤੇ ਅਪਰਾਧਕ ਪ੍ਰਵਿਰਤੀਆਂ ਦੇ ਮਾਲਕ ਕਿਹਾ। ਭਾਵ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਪ੍ਰਵਿਰਤੀ ਇਹ ਕੋਈ ਸਿਰਫ ਟ੍ਰਾਈਬ ਦੇ ਨਾਲ ਜਾਂ ਕਬੀਲਿਆਂ ਦੇ ਨਾਲ ਨਹੀਂ ਜੁੜੀ ਹੋਈ, ਇਹ ਲੋਕਾਂ ਨੂੰ ਕ੍ਰਿਮੀਨਲ ਕਹਿ ਕੇ, ਅਪਰਾਧੀ ਕਹਿ ਕੇ, ਨਖੇੜ ਕੇ ਲੋਕਾਂ ਤੋਂ ਭਾਵ ਮੁੱਖ ਜਿਹੜਾ ਸਮਾਜ ਤੋਂ ਨਖੇੜ ਕੇ ਇਹਨਾਂ ਨੂੰ ਖਤਮ ਕਰਨ ਦੀਆਂ ਜਿਹੜੀਆਂ ਸਾਜਿਸ਼ਾਂ ਨੇ ਇਹ ਬੜੀ ਦੇਰ ਤੋਂ ਚੱਲਦੀਆਂ ਰਹੀਆਂ ਨੇ। ਹੁਣ ਵੀ ਜਦੋਂ ਭਾਰਤ ਦੇ ਵਿੱਚ ਕੇਂਦਰੀ ਸੱਤਾ ਦੀ ਸੁਰ ਅਸੀਂ ਸੁਣਦੇ ਹਾਂ ਤਾਂ ਜਿਹੜੇ ਇਹ ਲੋਕ ਨੇ ਕਬੀਲਿਆਂ ਦੇ ਵਿੱਚ ਰਹਿਣ ਵਾਲੇ ਲੋਕ ਨੇ ਇਹਨਾਂ ਨੂੰ ਦੇਸ਼ ਵਿਰੋਧੀ ਦੇ ਰੂਪ ਦੇ ਵਿੱਚ ਵੀ ਕਿਤੇ ਕਿਤੇ ਪੇਸ਼ ਕੀਤਾ ਜਾਂਦਾ ਵੀ ਇਹ ਜੋ ਕੁਛ ਕਰ ਰਹੇ ਨੇ ਇਹ ਮੁਲਕ ਦੇ ਸਮਾਜ ਦੇ ਖਿਲਾਫ ਲੋਕ ਨੇ, ਕਿਉਂਕਿ ਇਹ ਉਹ ਲੜਾਈ ਲੜ ਰਹੇ ਨੇ, ਆਪਣੇ ਆਪਣੀ ਖੁਦ ਮੁਖਤਿਆਰੀ ਦੀ ਲੜਾਈ ਲੜ ਰਹੇ ਨੇ। ਉਹ ਕਹਿ ਰਹੇ ਨੇ ਕਿ ਸਾਨੂੰ ਜੰਗਲ ਦੇ ਵਿੱਚ ਜਿਵੇਂ ਅਸੀਂ ਰਹਿੰਦੇ ਹਾਂ ਉਵੇਂ ਹੀ ਰਹਿਣ ਦਿੱਤਾ ਜਾਵੇ, ਸਾਡਾ ਇਹਨਾਂ ਜੰਗਲਾਂ ਦੇ ਉੱਪਰ ਸਦੀਆਂ ਦਾ ਦਾਅਵਾ ਹੈ ਤੇ ਜੰਗਲ ਸਾਡੇ ਵਾਸਤੇ ਸਿਰਫ ਰਹਿਣ ਦੀ ਸਥਾਨ ਨਹੀਂ ਹੈਗੀ, ਸਾਡੀ ਪਰਿਭਾਸ਼ਾ ਹੈ ਨਾ। ਅਸੀਂ ਇਹ ਜਿਹੜੇ ਰੁੱਖ ਜਿਨ੍ਹਾਂ ਦੇ ਵਿੱਚ ਰਹਿੰਦੇ ਹਾਂ ਇਹ ਰੁੱਖ ਸਾਡੇ ਲਈ ਸਿਰਫ ਲੱਕੜੀ ਨਹੀਂ ਹੈਗੇ, ਇਹ ਸਾਡੇ ਸਰੀਰ ਦਾ ਅੰਗ ਨੇ ਹਨਾ। ਜੰਗਲ ਦੀ ਜਿਹੜੀ ਜ਼ਮੀਨ ਹੈ ਉਹ ਇਹਨਾਂ ਦੀ ਹੋਂਦ ਦਾ ਪਰਿਭਾਸ਼ਕ ਅੰਗ ਹੈ, ਇਸ ਕਰਕੇ ਸਾਨੂੰ ਇਸ ਥਾਂ ਦੇ ਉੱਪਰ ਹੀ ਰਹਿਣ ਦਿੱਤਾ ਜਾਵੇ। ਪਰ ਕੇਂਦਰੀ ਸੱਤਾ ਜਿਹੜੀ ਹੈਗੀ ਆ ਉਹਨੂੰ ਲੱਗਦਾ ਕਿ ਇਹ ਲੋਕ ਜਿਹੜੇ ਹੈਗੇ ਨੇ ਇਹ ਵਿਕਾਸ ਦੇ ਰਸਤੇ ਦੇ ਵਿੱਚ ਰੁਕਾਵਟ ਬਣੇ ਹੋਏ ਨੇ ਤੇ ਇਹਦੇ ਥੱਲੇ ਦਬੀਆਂ ਹੋਈਆਂ ਜਿਹੜੀਆਂ ਕੁਦਰਤੀ ਨਿਆਮਤਾਂ ਨੇ ਉਹਨਾਂ ਨੂੰ ਕੱਢਣ ਦੇਣ ਦੇ ਰਸਤੇ ਦੇ ਵਿੱਚ ਵੀ ਰੁਕਾਵਟ ਬਣੇ ਹੋਏ ਨੇ, ਇਸ ਕਰਕੇ ਵਿਕਾਸ ਵਿਰੋਧੀ ਨੇ। ਤੇ ਜੇ ਵਿਕਾਸ ਵਿਰੋਧੀ ਨੇ ਫਿਰ ਉਹ ਦੇਸ਼ ਵਿਰੋਧੀ ਨੇ, ਤਾਂ ਇਹਨਾਂ ਨੂੰ ਇੱਕ ਤਰ੍ਹਾਂ ਦਾ ਐਂਟੀ ਨੈਸ਼ਨਲ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਐਵੇਂ ਹੀ ਇਹਨਾਂ ਨੂੰ ਅੰਗਰੇਜ਼ਾਂ ਨੇ ਪਹਿਲਾਂ ਕ੍ਰਿਮੀਨਲ ਟ੍ਰਾਈਬ ਦੇ ਤੌਰ ਤੇ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਪ੍ਰਭਾਸ਼ਿਤ ਕੀਤਾ, ਸਿਰਫ ਪ੍ਰਭਾਸ਼ਿਤ ਨਹੀਂ ਕੀਤਾ ਸਗੋਂ ਇਸ ਗੱਲ ਦੇ ਬਾਰੇ ਉਹਨਾਂ ਨੇ ਨਿਯਮ ਬਣਾਏ ਕਿ ਕਿਉਂਕਿ ਇਹ ਅਪਰਾਧਕ ਗਤੀਵਿਧੀਆਂ ਕਰਦੇ ਨੇ, ਕਿਉਂਕਿ ਇਹ ਚੋਰੀ ਚਕਾਰੀ, ਕਤਲ, ਹਿੰਸਾ, ਖੂਨ ਇਹਨਾਂ ਚੀਜ਼ਾਂ ਦੇ ਵਿੱਚ ਸ਼ਾਮਿਲ ਹੁੰਦੇ ਨੇ, ਇਸ ਕਰਕੇ ਇਹਨਾਂ ਨੂੰ ਇੱਕ ਥਾਂ ਦੇ ਉੱਪਰ ਟਿਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਇਹਨਾਂ ਨੂੰ ਇੱਕ ਥਾਂ ਦੇ ਉੱਪਰ ਟਿਕਾਇਆ ਜਾਵੇ। ਟਿਕਾਉਣ ਦਾ ਤਰੀਕਾ ਕੀ ਸੀ ਕਿ ਇਹ ਲੋਕ ਰੋਜ਼ ਆਪਣੀ ਹਾਜ਼ਰੀ ਕਿਸੇ ਨਾ ਕਿਸੇ ਥਾਣੇ ਦੇ ਵਿੱਚ, ਜਾਂ ਰੋਜ਼ ਨਾ ਕਹੋ ਤਾਂ ਇੱਕ ਖਾਸ ਸਮਾਂਬੱਧ ਤਰੀਕੇ ਨਾਲ ਹਫ਼ਤੇਵਾਰ ਇਹ ਆਪਣੀ ਹਾਜ਼ਰੀ ਕਿਸੇ ਨਾ ਕਿਸੇ ਇੱਕ ਵਿਸ਼ੇਸ਼ ਥਾਣੇ ਦੇ ਵਿੱਚ ਦੇਣਗੇ। ਇਹਦਾ ਮਤਲਬ ਜੇ ਤੁਸੀਂ ਇੱਕ ਖਾਸ ਥਾਣੇ ਦੇ ਵਿੱਚ ਹਾਜ਼ਰੀ ਦੇਣੀ ਆ ਤਾਂ ਤੁਸੀਂ ਫਿਰ ਉਸ ਥਾਣੇ ਦੇ ਨੇੜੇ ਤੇੜੇ ਰਹਿਣ ਲਈ ਮਜਬੂਰ ਹੋਵੋਗੇ। ਤਾਂ ਉਸ ਦੇ ਨਾਲ ਇਹਨਾਂ ਦਾ ਜਿਹੜਾ ਸਥਿਰੀਕਰਨ ਹੈ, ਇਹਨਾਂ ਦਾ ਇੱਕ ਤਰ੍ਹਾਂ ਨਾਲ ਜਿਹੜਾ ਟਿਕਣਾ ਹੈਗਾ ਇੱਕ ਥਾਂ ਦੇ ਉੱਪਰ ਉਹ ਵੀ ਸ਼ੁਰੂ ਹੋਇਆ, ਤੇ ਹੁਣ ਕਾਫੀ ਹੱਦ ਤੱਕ ਇਸ ਕਿਸਮ ਦਾ ਜਿਹੜਾ ਸਥਿਰੀਕਰਨ ਜਾਂ ਇਹਨਾਂ ਦਾ ਇੱਕ ਥਾਂ ਦੇ ਟਿਕਾਓ ਹੈ ਉਹ ਹੌਲੀ ਹੌਲੀ ਉਸ ਦਿਸ਼ਾ ਵੱਲ ਨੂੰ ਜਾ ਰਹੇ ਨੇ। ਬਾਜ਼ੀਗਰ ਕਬੀਲਾ ਜਿਹੜਾ ਖਾਸ ਕਰਕੇ ਉਹ ਕਾਫੀ ਹੱਦ ਤੱਕ ਮੁਕਾਬਲਤਨ ਜਿਹੜਾ ਹੈਗਾ ਉਹ ਸਥਿਰ ਹੋਣਾ ਸ਼ੁਰੂ ਹੋ ਗਿਆ। ਖਾਸ ਖਿੱਤੇ ਦੇ ਵਿੱਚ, ਖਾਸ ਪਿੰਡ ਦੇ ਵਿੱਚ, ਖਾਸ ਇਲਾਕੇ ਦੇ ਵਿੱਚ ਇਹਨਾਂ ਨੇ ਆਪਣੇ ਪੱਕੇ ਨਿਵਾਸ ਸਥਾਨ
ਬਣਾ ਲਏ ਨੇ। ਹੋਰਾਂ ਕਬੀਲਿਆਂ ਦੇ ਵਿੱਚ ਵੀ ਇਹ ਪ੍ਰਵਿਰਤੀ ਜਿਹੜੀ ਹੈਗੀ ਆ ਚੱਲ ਰਹੀ ਹੈ, ਠੀਕ ਹੈ। ਤੇ ਇਸ ਲਈ ਮੁੱਖ ਤੌਰ ਤੇ ਜਿਹੜੇ ਕਬੀਲੇ ਨੇ ਉਹ ਸਾਡੇ ਕੋਲ ਦੋ ਤਰ੍ਹਾਂ ਦੇ ਨੇ, ਇੱਕ ਜੰਗਲਾਂ ਦੇ ਵਿੱਚ ਪਹਾੜਾਂ ਦੇ ਵਿੱਚ ਸਥਾਈ ਤੌਰ ਤੇ ਨਿਵਾਸ ਕਰਨ ਵਾਲੇ ਲੋਕ ਜਿਹੜੇ ਸਦੀਆਂ ਤੋਂ ਉਹਨਾਂ ਥਾਵਾਂ ਦੇ ਉੱਪਰ ਰਹਿ ਰਹੇ ਨੇ। ਦੂਜੇ ਘੁਮੰਤੂ ਕਬੀਲੇ ਜਿਹੜੇ ਕਿ ਪੰਜਾਬ ਦੇ ਵਿੱਚ ਜਿਹਨਾਂ ਨੂੰ ਅਸੀਂ ਦੇਖਦੇ ਹਾਂ, ਜਿਹੜੇ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਪਰ ਜਾਂਦੇ ਨੇ, ਜਿਹਨਾਂ ਦੀ ਜੀਵਨ ਜਾਚ ਦਾ ਮੁੱਖ ਪ੍ਰਭਾਸ਼ਕ ਤੱਤ ਇਹ ਹੈ, ਭਾਵੇਂ ਕਿ ਬਾਜੀਗਰ ਕਬੀਲੇ ਵਾਂਗੂ ਉਹ ਕਿਤੇ ਹੁਣ ਟਿਕ ਕੇ ਰਹਿ ਵੀ ਜਾਣ ਰਹਿਣ ਲੱਗ ਜਾਣ ਤਾਂ ਉੱਥੇ ਉਹਨਾਂ ਦੇ, ਪਰ ਮੁੱਖ ਪ੍ਰਭਾਸ਼ਕ ਤੱਤ ਇਹਨਾਂ ਕਬੀਲਿਆਂ ਦਾ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਪਰ ਲਗਾਤਾਰ ਜਿਹੜਾ ਹੈਗਾ ਉਹ ਮੂਵ ਕਰਦੇ ਜਾਣਾ, ਗਤੀ ਕਰਦੇ ਜਾਣਾ, ਜਿਸ ਨੂੰ ਅਸੀਂ ਪ੍ਰਵਾਸ ਕਹਿੰਦੇ ਹਾਂ। ਇਹ ਪ੍ਰਵਾਸ ਇਹਨਾਂ ਦੀ ਜੀਵਨ ਦਾ ਪੱਕਾ ਤੱਤ ਹੈ, ਹਨਾ, ਕਿ ਇਹ ਕਿਤੇ ਵੀ ਇੱਕ ਥਾਂ ਦੇ ਉੱਪਰ ਨਿਵਾਸ ਨਹੀਂ ਕਰਦੇ। ਇੱਥੇ ਮੈਂ ਤੁਹਾਨੂੰ ਦੱਸ ਦੇਣਾ ਚਾਹਾਂ ਕਿ ਕਿਉਂਕਿ ਜਦੋਂ ਅਸੀਂ ਪੰਜਾਬ ਦੇ ਕਬੀਲਿਆਂ ਦੇ ਵਿਸ਼ੇਸ਼ ਅਧਿਐਨ ਵੱਲ ਆਵਾਂਗੇ ਤਾਂ ਉੱਥੇ ਸਾਨੂੰ ਇਹ ਧਿਆਨ ਚ ਰੱਖਣਾ ਚਾਹੀਦਾ ਕਿ ਪੰਜਾਬ ਦੇ ਕਬੀਲਿਆਂ ਦਾ ਜਿਹੜਾ ਘੁਮੰਤੂ ਪਹਿਲੂ ਹੈ ਇਹ ਵਿਸ਼ਵ ਦੇ ਘੁਮੰਤੂ ਕਬੀਲਿਆਂ ਵਰਗਾ ਨਹੀਂ ਹੈ, ਇਹ ਉਸ ਤੋਂ ਵੱਖਰਾ ਹੈ, ਠੀਕ ਹੈ। ਕਿਉਂਕਿ ਇਹਨਾਂ ਦੇ ਕੋਲ ਨਾ ਇੱਕ ਥਾਂ ਤੇ ਕਿਤੇ ਰਹਿਣ ਦੀ ਕਹਾਣੀ ਵੀ ਹੈਗੀ ਆ, ਤੇ ਇਹਨਾਂ ਦੇ ਕਦੇ ਨਾ ਕਦੇ ਫੇਰ ਦੁਬਾਰਾ ਤੋਂ ਵੱਸ ਜਾਣ ਦਾ ਜਿਹੜਾ ਸੁਪਨਾ ਤੇ ਆਦਰਸ਼ ਵੀ ਹੈਗਾ, ਹਨਾ, ਕਿ ਅਸੀਂ ਜਦੋਂ ਪੰਜਾਬ ਦੇ ਜਿਹੜੇ ਕਬੀਲੇ ਨੇ ਉਹਨਾਂ ਦੀ ਕਹਾਣੀ ਸੁਣਦੇ ਹਾਂ ਤਾਂ ਉਹ ਇਹ ਕਹਿੰਦੇ ਨੇ ਕਿ ਅਸੀਂ ਇੱਕ ਥਾਂ ਦੇ ਉੱਪਰ ਵੱਸਦੇ ਸੀ ਤੇ ਉਹਨਾਂ ਦਾ ਨਿਵਾਸ ਸਥਾਨ ਸੀਗਾ ਰਾਜਸਥਾਨ ਦੇ ਵਿੱਚ, ਜਿਹੜਾ ਮਾਰਵਾੜ ਦਾ ਇਲਾਕਾ ਹੈਗਾ ਉਸ ਦੇ ਵਿੱਚ, ਹਨਾ, ਜੈਸਲਮੇਰ ਦੇ ਨੇੜੇ ਤੇੜੇ ਦੀਆਂ ਕਹਾਣੀਆਂ ਲਗਾਤਾਰ ਅਸੀਂ ਸੁਣਦੇ ਹਾਂ ਕਿ ਉਸ ਇਲਾਕੇ ਦੇ ਵਿੱਚ ਇਹ ਸਥਾਈ ਤੌਰ ਤੇ ਨਿਵਾਸ ਕਰਦੇ ਸੀ। ਕੋਈ ਘਟਨਾ ਵਾਪਰੀ, ਕੋਈ ਇਤਿਹਾਸਕ ਘਟਨਾ ਵਾਪਰੀ, ਉਸ ਇਤਿਹਾਸਕ ਘਟਨਾ ਕਰਕੇ ਇਹਨਾਂ ਨੇ ਆਪਣੇ ਮੂਲ ਨਿਵਾਸ ਨੂੰ ਤਿਆਗ ਦਿੱਤਾ, ਛੱਡ ਦਿੱਤਾ, ਤੇ ਉਹ ਇਤਿਹਾਸਕ ਘਟਨਾ ਯੁੱਧ ਦੀ ਹੈ। ਉਸ ਯੁੱਧ ਦੇ ਵਿੱਚ ਕਿਤੇ ਨਾ ਕਿਸੇ ਕੁਝ ਕਹਾਣੀਆਂ ਦੇ ਵਿੱਚ ਔਰਤ ਨੂੰ ਖੋਣਾ ਵੀ ਸ਼ਾਮਿਲ ਹੈ ਕਿ ਹਮਲਾਵਰਾਂ ਨੇ, ਦੁਸ਼ਮਣ ਨੇ ਉਹਨਾਂ ਦੀਆਂ ਔਰਤਾਂ ਨੂੰ, ਰਾਣੀਆਂ ਨੂੰ ਕਿਸੇ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਤੇ ਕਿਸੇ ਖਾਸ ਰਾਣੀ ਨੂੰ ਉਹਨਾਂ ਨੇ ਹਾਸਲ ਕਰਨ ਦੀ ਕੋਸ਼ਿਸ਼ ਕੀਤੀ, ਉਸ ਨੂੰ ਬਚਾਉਣ ਵਾਸਤੇ, ਆਪਣੀਆਂ ਔਰਤਾਂ ਨੂੰ ਬਚਾਉਣ ਵਾਸਤੇ ਵੀ ਉਹਨਾਂ ਨੇ ਉਸ ਥਾਂ ਤੋਂ ਪ੍ਰਵਾਸ ਕੀਤਾ। ਇਸ ਕਿਸਮ ਦੀਆਂ ਕਹਾਣੀਆਂ ਵੀ ਹੈਗੀਆਂ ਨੇ। ਉਹ ਯੁੱਧ ਵਿੱਚ ਹਾਰੇ, ਯੁੱਧ ਵਿੱਚ ਹਾਰਨ ਤੋਂ ਬਾਅਦ ਇਹਨਾਂ ਦਾ ਰਾਜਪਾਠ ਚਲਾ ਗਿਆ ਤੇ ਰਾਜਪਾਠ ਚਲੇ ਜਾਣ ਤੋਂ ਬਾਅਦ ਇਹਨਾਂ ਨੇ ਉੱਥੋਂ ਇਸ ਕਰਕੇ ਆਪਣਾ ਟਿਕਾਣਾ ਪੁੱਟ ਲਿਆ ਕਿ ਜਦੋਂ ਤੱਕ ਸਾਨੂੰ ਆਪਣਾ ਰਾਜਪਾਠ ਦੁਬਾਰਾ ਨਹੀਂ ਮਿਲ ਜਾਂਦਾ ਉਦੋਂ ਤੱਕ ਅਸੀਂ ਟਿਕ ਕੇ ਨਹੀਂ ਬੈਠਾਂਗੇ, ਤੇ ਜਦੋਂ ਮਿਲ ਜਾਊਗਾ ਇਹਦਾ ਮਤਲਬ ਉਦੋਂ ਅਸੀਂ ਮੁੜ ਕੇ ਫਿਰ ਸਥਾਪਿਤ ਹੋ ਜਾਵਾਂਗੇ। ਇਹਦਾ ਮਤਲਬ ਪੰਜਾਬ ਦੇ ਘੁਮੰਤੂ ਕਬੀਲਿਆਂ ਦੇ ਕੋਲ ਅਤੀਤ ਦੇ ਵਿੱਚ ਕਿਤੇ ਪਹਿਲਾਂ ਪੱਕੇ ਤੌਰ ਤੇ ਵਸੇ ਹੋਣ ਦਾ ਬਿਰਤਾਂਤ ਵੀ ਹੈਗਾ ਅਤੇ ਫਿਰ ਮੁੜ ਕੇ ਵੱਸ ਜਾਣ ਦਾ ਆਦਰਸ਼ ਵੀ ਹੈ, ਠੀਕ ਹੈ। ਇਹ ਗੱਲ ਵਿਸ਼ਵ ਦੇ ਹੋਰ ਘੁਮੰਤੂ ਕਬੀਲਿਆਂ ਨਾਲੋਂ ਪੰਜਾਬ ਦੇ ਕਬੀਲਿਆਂ ਨੂੰ ਨਿਖੇੜ ਦਿੰਦੀ ਹੈ। ਜਿਹੜੇ ਹਿੱਪੀਜ਼ ਦਾ ਅਸੀਂ ਸੱਭਿਆਚਾਰ ਕਹਿੰਦੇ ਹਾਂ, ਹਨਾ, ਜਿਹੜੇ ਹੋਰ ਇਸ ਕਿਸਮ ਦੇ ਵਿਸ਼ਵ ਦੇ ਘੁਮੰਤੂ ਸੱਭਿਆਚਾਰ ਨੇ, ਉਹ ਉਹਨਾਂ ਲੋਕਾਂ ਦੇ ਸੱਭਿਆਚਾਰ ਨੇ ਜਾਂ ਉਹਨਾਂ ਸਮੂਹਾਂ ਦੇ ਸੱਭਿਆਚਾਰ ਨੇ ਜਿਹਨਾਂ ਦਾ ਕਦੇ ਵੀ ਕੋਈ ਟਿਕਾਣਾ ਨਹੀਂ ਰਿਹਾ ਤੇ ਉਹਨਾਂ ਦਾ ਕਦੇ ਵੀ ਕਦੇ ਕੋਈ ਟਿਕਾਣਾ ਬਣਨ ਦੀ ਕਹਾਣੀ ਵੀ ਨਹੀਂ ਹੈਗੀ, ਠੀਕ ਹੈ। ਇਸ ਕਰਕੇ ਜਿਹੜੇ ਪੰਜਾਬ ਦੇ ਘੁਮੰਤੂ ਕਬੀਲੇ ਨੇ ਜਿਹਨਾਂ ਦਾ ਅਸੀਂ ਅਧਿਐਨ ਕਰਨਾ, ਜਿਹਨਾਂ ਦੇ ਉੱਪਰ ਅਸੀਂ ਫੋਕਸ ਕਰਨਾ, ਉਸ ਦੇ ਵਿੱਚ ਇਹ ਦੋਵੇਂ ਚੀਜ਼ਾਂ ਜਿਹੜੀਆਂ ਪਹਿਲਾਂ ਕਿਸੇ ਵਸੇ ਹੋਣ ਦੀ ਕਹਾਣੀ ਅਤੇ ਦੂਸਰਾ ਫਿਰ ਦੁਬਾਰਾ ਤੋਂ ਵੱਸ ਜਾਣ ਦਾ ਜਿਹੜਾ ਇੱਕ ਬਹੁਤ ਹੀ ਉਚੇਰਾ ਆਦਰਸ਼ ਹੈ ਰਾਜ ਦੇ ਮਿਲ ਜਾਣ ਤੋਂ ਬਾਅਦ ਦਾ, ਹਨਾ, ਉਹ ਵੱਸ ਜਾਣ ਦੀ ਕਹਾਣੀ ਵੀ ਇਹਨਾਂ ਕੋਲ ਹੈਗੀ ਆ, ਸ਼ਾਮਿਲ ਹੈ। ਇਸ ਕਰਕੇ ਇਹ ਗੱਲ ਉਹਨਾਂ ਨੂੰ ਨਿਖੇੜ ਦਿੰਦੀ ਹੈ ਵਿਸ਼ਵ ਦੇ ਹੋਰ ਘੁਮੰਤੂ ਕਬੀਲਿਆਂ ਤੋਂ। ਤੇ ਜਿਹੜੀ ਇਹ ਵੱਸ ਜਾਣ ਦੀ ਕਹਾਣੀ ਹੈ, ਜਦੋਂ ਅਸੀਂ ਇਸ ਦਾ ਹੁਣ ਵਰਤਮਾਨ ਦੇ ਵਿੱਚ ਦੇਖਦੇ ਹਾਂ ਕਿ ਹੁਣ ਤਾਂ ਉਸ ਰੂਪ ਦੇ ਵਿੱਚ ਰਾਜ ਕਦੇ ਪ੍ਰਾਪਤ ਹੋ ਹੀ ਨਹੀਂ ਸਕਦਾ, ਹਨਾ, ਜਿਸ ਤਰ੍ਹਾਂ ਦਾ ਰਾਜ ਮੰਨ ਲਓ ਕੁਝ ਸਦੀਆਂ ਪਹਿਲਾਂ ਇਹਨਾਂ ਕਬੀਲਿਆਂ ਨੇ ਗਵਾਇਆ ਸੀ, ਇਹਨਾਂ ਕਬੀਲਿਆਂ ਨਾਲ ਸੰਬੰਧਿਤ ਲੋਕਾਂ ਨੇ ਇਤਿਹਾਸਕ ਤੌਰ ਤੇ ਮੰਨ ਲਓ 18ਵੀਂ ਸਦੀ ਦੇ ਵਿੱਚ ਜਾਂ 17ਵੀਂ ਸਦੀ ਦੇ ਵਿੱਚ ਅਕਬਰ ਦੇ ਸਮੇਂ ਦੀਆਂ ਕੁਝ ਕਹਾਣੀਆਂ ਵੀ ਹੈਗੀਆਂ ਨੇ, ਜਦੋਂ ਵੀ ਮੁਗਲਾਂ ਨਾਲ ਟਾਕਰਾ ਹੋਇਆ ਤਾਂ ਉਹ ਜਿਹੜਾ ਰਾਜ ਗਵਾਇਆ ਸੀ ਉਸ ਰੂਪ ਦੇ ਵਿੱਚ ਹੁਣ ਰਾਜ ਦੁਬਾਰਾ ਕਦੇ ਵੀ ਪ੍ਰਾਪਤ ਨਹੀਂ ਹੋ ਸਕਦਾ, ਕਿਉਂਕਿ ਹੁਣ ਜਿਹੜਾ ਰਾਜ ਪ੍ਰਾਪਤ ਹੋਣਾ ਹੈ ਉਹ ਤਲਵਾਰਾਂ ਤੇਗਾਂ ਨਾਲ ਹੋਣ ਦੀ ਬਜਾਏ ਹੁਣ ਤਾਂ ਸੰਭਵ ਹੈ ਕਿ ਕਿਸੇ ਲੋਕਤੰਤਰੀ ਤਰੀਕੇ ਨਾਲ ਹਾਸਲ ਹੋਣਾ ਹੋਵੇ, ਹਨਾ, ਤੇ ਉਸ ਰਾਜ ਦਾ ਮਤਲਬ ਹੋਵੇ ਕਿ ਤੁਹਾਡਾ ਇੱਕ MP ਜਿੱਤ ਜਾਵੇ, ਹਨਾ, ਇਸ ਤੋਂ ਵੱਧ ਤਾਂ
ਉੱਥੇ ਹੁਣ ਜੇ ਮੰਨ ਲਓ ਜਿੱਥੋਂ ਆਏ ਨੇ ਉਹ ਤਾਂ ਉਹ ਇੱਕ ਕੰਸਟੀਟੂਐਂਸੀ ਹੋਊਗੀ, ਹੁਣ ਇੱਕ ਪਾਰਲੀਮੈਂਟਰੀ ਕੰਸਟੀਟੂਐਂਸੀ ਦੇ ਨੇੜੇ ਤੇੜੇ ਦਾ ਫੈਲਾਓ ਹੋਊਗਾ ਉਸ ਰਾਜ ਦਾ, ਹੈਨਾ, ਉਹ ਉਸ ਰੂਪ ਦੇ ਵਿੱਚ ਹਾਸਲ ਹੋਣਾ ਕਿ ਤੁਹਾਡੀ ਉੱਥੇ ਪੂਰੀ ਤਰ੍ਹਾਂ ਨਾਲ ਪ੍ਰਭੂਸੱਤਾ ਹੋਵੇ, ਇਹ ਗੱਲ ਹੁਣ ਸੰਭਵ ਨਹੀਂ ਰਹੀ। ਤਾਂ ਇਸ ਸੂਰਤ ਦੇ ਵਿੱਚ ਜਿਹੜਾ ਅਤੀਤ ਹੈ ਉਹ ਬੜਾ ਮਹੱਤਵਪੂਰਨ ਹੋ ਜਾਂਦਾ ਹੈ, ਕਿ ਇਹ ਜਿਹੜੀ ਇਹਨਾਂ ਦੀ ਕਹਾਣੀ ਹੈ ਉੱਜੜ ਕੇ ਆਉਣ ਦੀ, ਇਹ ਬੜੀ ਮਹੱਤਵਪੂਰਨ ਹੋ ਜਾਂਦੀ। ਇਹ ਇਸ ਕਰਕੇ ਵੀ ਮਹੱਤਵਪੂਰਨ ਹੋ ਜਾਂਦੀ ਹੈ ਕਿਉਂਕਿ ਹਰ ਕਬੀਲੇ ਦੀ ਉਹੀ ਮਿਲਦੀ ਜੁਲਦੀ ਕਹਾਣੀ ਹੈ। ਮੈਂ ਆਪਣੇ ਇੱਕ ਵਿਦਿਆਰਥੀ ਮਨਿੰਦਰਪ੍ਰੀਤ ਸਿੰਘ ਨੂੰ ਗਾਡੀ ਲੋਹਾਰ ਕਬੀਲੇ ਦੇ ਉੱਪਰ ਕੰਮ ਕਰਵਾਇਆ ਸੀ ਐਮਫਿਲ ਪੱਧਰ ਦਾ, ਤੇ ਉਸ ਤੋਂ ਬਾਅਦ ਉਹ ਹੁਣ PhD ਕਰ ਰਿਹਾ ਇਸੇ ਵਿਸ਼ੇ ਦੇ ਉੱਪਰ ਜਿਸ ਵਿਸ਼ੇ ਦੇ ਉੱਪਰ ਆਪਾਂ ਗੱਲ ਕਰ ਰਹੇ ਹਾਂ, ਪੰਜਾਬ ਦਾ ਜਿਹੜਾ ਕਬਾਇਲੀ ਸੱਭਿਆਚਾਰ ਹੈ ਉਸ ਦੇ ਨਿਖੜਵੇਂ ਲੱਛਣਾਂ ਨੂੰ ਸਥਾਪਿਤ ਕਰਨ ਵਾਸਤੇ ਉਹ ਹੋਰ 3 ਟ੍ਰਾਈਬ ਨਾਲ ਜੋੜ ਕੇ ਉਹਨਾਂ ਦਾ ਅਧਿਐਨ ਕਰਦਾ ਪਿਆ, ਤਾਂ ਕਿ ਅਸੀਂ ਕੁਝ ਜਨਰਲਾਈਜੇਸ਼ਨ, ਕੁਝ ਸਿਧਾਂਤਕ ਧਾਰਨਾਵਾਂ ਪੇਸ਼ ਕਰ ਸਕੀਏ ਜਿਹੜੀਆਂ ਕਿ ਕਬਾਇਲੀ ਸੱਭਿਆਚਾਰ ਬਾਰੇ ਹੋਣੀਆਂ ਚਾਹੀਦੀਆਂ ਨੇ। ਇੱਥੇ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਇਹਨਾਂ ਤੋਂ ਬਿਨਾਂ ਮਨਿੰਦਰਪ੍ਰੀਤ ਨੇ ਮਹੱਤਵਪੂਰਨ ਕੰਮ ਕੀਤਾ ਹੈ, ਪਰ ਇਸ ਤੋਂ ਬਿਨਾਂ ਡਾਕਟਰ ਮੋਹਨ ਤਿਆਗੀ ਦਾ ਕੰਮ ਵੀ ਜਿਹੜਾ ਕਿ ਕਬਾਇਲੀ ਸੱਭਿਆਚਾਰ ਦੇ ਉੱਪਰ ਉਹ ਸਾਡੇ ਸਾਹਮਣੇ ਹੈ। ਕਿਰਪਾਲ ਕਜ਼ਾਕ ਹੋਰਾਂ ਨੇ ਕਬਾਇਲੀ ਸੱਭਿਆਚਾਰ ਬਾਰੇ ਬਹੁਤ ਮਹੱਤਵਪੂਰਨ ਪੁਸਤਕਾਂ ਲਿਖੀਆਂ ਨੇ। ਜਿਹੜੇ ਡਾਕਟਰ ਦਰਿਆ ਦਾ ਨਾਮ ਤੁਸੀਂ ਸੁਣਿਆ ਹੋਊਗਾ, ਪਿੱਛੇ ਜੇ ਸਾਨੂੰ ਉਹ ਵਿਛੋੜਾ ਦੇ ਗਏ ਸਦੀਵੀ ਤੌਰ ਤੇ, ਉਹਨਾਂ ਨੇ ਵੀ ਕਬਾਇਲੀ ਸੱਭਿਆਚਾਰ ਦੇ ਉੱਪਰ ਬਹੁਤ ਹੀ ਵੱਡਮੁੱਲਾ ਕੰਮ ਕੀਤਾ ਸੀ, ਤੇ ਉਹ ਖੁਦ ਵੀ ਕਬਾਇਲੀ ਜੀਵਨ ਦੇ ਨਾਲ ਸੰਬੰਧਿਤ ਰਹੇ ਸੀ, ਭਾਵ ਉਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਵੀ ਕਬਾਇਲੀ ਜੀਵਨ ਦੇ ਨਾਲ ਜੁੜਿਆ ਹੋਇਆ ਸੀ। ਉਹ ਉਸ ਕਬਾਇਲੀ ਜੀਵਨ ਦੇ ਵਿੱਚੋਂ ਨਿਕਲ ਕੇ ਸਮਝ ਲਓ ਕਿ ਉਹਨਾਂ ਨੇ ਵਿੱਦਿਆ ਹਾਸਲ ਕੀਤੀ, ਵਿੱਦਿਆ ਹਾਸਲ ਕਰਕੇ ਉਚੇਰੀ ਵਿੱਦਿਆ ਹਾਸਲ ਕਰਨੀ, ਫਿਰ ਯੂਨੀਵਰਸਿਟੀ ਦੇ ਵਿੱਚ ਅਧਿਆਪਕ ਲੱਗਣਾ, ਹੈਨਾ, ਤੇ ਪੰਜਾਬੀ ਵਿਭਾਗ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਮੁਖੀ ਬਣਨਾ, ਇੱਥੋਂ ਤੱਕ ਉਹ ਅਪੜੇ। ਇਹ ਜਿਹੜੀਆਂ ਹੁਣ ਡਾਕਟਰ ਮੋਹਨ ਤਿਆਗੀ ਪੰਜਾਬੀ ਯੂਨੀਵਰਸਿਟੀ 'ਚ ਪੜ੍ਹਾਉਂਦੇ ਨੇ, ਇਹ ਕਬੀਲੇ ਨਾਲ ਸੰਬੰਧਿਤ ਨੇ। ਕਿਰਪਾਲ ਕਜ਼ਾਕ ਉਹਨੇ ਆਪ ਸਿੱਧੇ ਤੌਰ ਤੇ ਕਬੀਲੇ ਨਾਲ ਸੰਬੰਧਿਤ ਨਹੀਂ ਹੈਗੇ, ਕਬੀਲਿਆਂ ਦੇ ਉੱਪਰ ਉਹਨਾਂ ਨੇ ਕੰਮ ਜ਼ਰੂਰ ਕੀਤਾ। ਤੇ ਐਵੇਂ ਡਾਕਟਰ ਦਰਿਆ ਦੇ ਹੋਰ ਅੱਗੇ ਵਿਦਿਆਰਥੀਆਂ ਨੇ ਵੀ ਜਿਹੜੇ ਕਬਾਇਲੀ ਅਧਿਐਨ ਨੇ ਉਹਨਾਂ ਦੇ ਵਿੱਚ ਦਿਲਚਸਪੀ ਲੈਣੀ ਸ਼ੁਰੂ ਕੀਤੀ ਹੋਈ ਹੈ। ਡਾਕਟਰ ਦਰਿਆ ਖੁਦ ਵੀ ਕਬੀਲਿਆਂ ਨਾਲ ਸੰਬੰਧਿਤ ਨੇ। ਤਾਂ ਇਹ ਇਹਨਾਂ ਦੋਹਾਂ ਦੀ ਜਿਹੜੀ ਕਹਾਣੀ ਹੈ ਉਹ ਵੀ ਇਹ ਦੱਸਦੀ ਹੈ ਕਿ ਕਿਵੇਂ ਹੌਲੀ ਹੌਲੀ ਜਿਹੜੇ ਕਬੀਲਿਆਂ ਨਾਲ ਸੰਬੰਧਿਤ ਲੋਕ ਨੇ ਉਹ ਮੁੱਖ ਧਾਰਾ ਦੇ ਵਿੱਚ ਨਾ ਕੇਵਲ ਸ਼ਾਮਿਲ ਹੋ ਰਹੇ ਨੇ, ਬਲਕਿ ਉਹ ਉਸ ਦੇ ਵਿੱਚ ਮਹੱਤਵਪੂਰਨ ਜਿਹੜੀਆਂ ਪੋਜੀਸ਼ਨਾਂ ਨੇ ਉਹਨਾਂ ਦੇ ਉੱਪਰ ਵੀ ਪਹੁੰਚ ਰਹੇ ਨੇ, ਤੇ ਉਸੇ ਕਿਸਮ ਦਾ ਸ਼ਹਿਰੀ ਜੀਵਨ ਜਿਹੜਾ ਹੈਗਾ ਉਹ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਦਖਲ ਅੰਦਾਜ਼ੀ ਕਰ ਚੁੱਕਿਆ ਹੈ ਨਾ। ਤਾਂ ਜਿਹੜਾ ਇਹਨਾਂ ਦਾ ਸਥਿਰੀਕਰਨ ਹੈ ਕਬੀਲਿਆਂ ਦਾ, ਪੰਜਾਬ ਦੇ ਕਬੀਲਿਆਂ ਦਾ, ਉਹਦਾ ਪ੍ਰਮਾਣ ਹੈ ਇਹ ਡਾਕਟਰ ਮੋਹਨ ਤਿਆਗੀ ਦਾ ਤੇ ਡਾਕਟਰ ਦਰਿਆ ਦਾ ਹੋਣਾ, ਇਹਨਾਂ ਦੇ ਬੱਚਿਆਂ ਦਾ ਅੱਗੇ ਉਸੇ ਤਰ੍ਹਾਂ ਦੀ ਵਿੱਦਿਆ ਦੇ ਵਿੱਚ ਆਉਣਾ। ਤੇ ਡਾਕਟਰ ਮੋਹਨ ਤਿਆਗੀ ਹੋਰੀ ਲਗਾਤਾਰ ਕੋਸ਼ਿਸ਼ ਕਰਦੇ ਰਹਿੰਦੇ ਨੇ ਕਿ ਉਹਨਾਂ ਦੇ ਨਾਲ ਜੁੜੇ ਹੋਏ ਜਿਹੜੇ ਉਹਨਾਂ ਦੇ ਭਾਈ ਬੰਦ ਨੇ, ਉਹਨਾਂ ਦੇ ਭਾਈਚਾਰੇ ਦੇ ਹੋਰ ਲੋਕ ਨੇ, ਉਹਨਾਂ ਦੇ ਕਬੀਲੇ ਦੇ ਲੋਕ ਨੇ, ਉਹਨਾਂ ਨੂੰ ਪੜ੍ਹਾਇਆ ਜਾਵੇ, ਉਹਨਾਂ ਨੂੰ ਜਿਹੜੀਆਂ ਸਾਡੀਆਂ ਨਵੀਆਂ ਨਿਯਮਤਾਂ ਨੇ ਜੀਵਨ ਦੀਆਂ, ਆਧੁਨਿਕ ਜੀਵਨ ਦੀਆਂ, ਉਹਨਾਂ ਨਾਲ ਜੋੜਿਆ ਜਾਵੇ। ਤਾਂ ਆਪਾਂ ਦੇਖ ਸਕਦੇ ਹਾਂ ਕਿ ਇਸ ਤਰੀਕੇ ਨਾਲ ਉਹ ਇੱਛਾ ਦੇ ਨਾਲ, ਜ਼ਬਰਦਸਤੀ ਨਾਲ ਨਹੀਂ, ਇੱਛਾ ਦੇ ਨਾਲ ਪੰਜਾਬ ਦੇ ਘੁਮੰਤੂ ਕਬੀਲਿਆਂ ਦੇ ਲੋਕ ਮੁੱਖ ਧਾਰਾ ਦੇ ਵਿੱਚ ਸ਼ਾਮਿਲ ਹੋਣ ਲਈ ਲਗਾਤਾਰ ਸੰਘਰਸ਼ ਕਰ ਰਹੇ ਨੇ। ਆਪਾਂ ਇਹਦੇ ਬਾਰੇ ਕੋਈ ਪ੍ਰਤੀਮਾਨਕ ਨਿਰਣਾ ਨਹੀਂ ਦੇ ਸਕਦੇ, ਕੋਈ ਵੈਲਿਊ ਜੱਜਮੈਂਟ ਨਹੀਂ ਦੇ ਸਕਦੇ ਵੀ ਇਹ ਠੀਕ ਹੈ ਜਾਂ ਗਲਤ ਹੈ, ਪਰੰਤੂ ਜਿਹੜਾ ਕਬੀਲੇ ਦਾ ਸੱਭਿਆਚਾਰ ਦਾ ਆਪਣਾ ਉਹਦਾ ਇਸਰਾਰ ਹੁੰਦਾ ਹੈ, ਉਸ ਮੁਤਾਬਕ ਕਬੀਲਾ ਜਿਹੜਾ ਹੈਗਾ ਉਹ ਚਾਹੁੰਦਾ ਹੈ ਕਿ ਜਿਸ ਰੂਪ ਦੇ ਵਿੱਚ ਉਹ ਆਪਣੇ ਆਪ ਨੂੰ, ਆਪਣੇ ਜੀਵਨ ਨੂੰ ਕਲਪਦਾ ਹੈ, ਇਮੈਜਿਨ ਕਰਦਾ, ਉਸ ਨੂੰ ਉਸੇ ਰੂਪ ਦੇ ਵਿੱਚ ਹੀ ਕਬੂਲ ਕੀਤਾ ਜਾਵੇ, ਪ੍ਰਵਾਨ ਕੀਤਾ ਜਾਵੇ, ਉਸ ਦੇ ਉੱਪਰ ਕੋਈ ਪ੍ਰਤੀਮਾਨਕ ਨਿਰਣਾ ਨਾ ਦਿੱਤਾ ਜਾਵੇ। ਇੱਥੇ ਇੱਕ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਜਿਹੜੀ ਸਾਡੇ ਕਬੀਲਿਆਂ ਦੇ ਜੀਵਨ ਬਾਰੇ ਪ੍ਰਤੀਮਾਨਕ ਨਿਰਣਾ ਅਸੀਂ ਦਿੰਨੇ ਆ, ਹੈ ਨਾ, ਜਿਹਨੂੰ ਵੈਲਿਊ ਜੱਜਮੈਂਟ ਦਾ ਮੈਂ ਪੰਜਾਬੀ ਦੇ ਵਿੱਚ ਅਨੁਵਾਦ ਕਰ ਰਿਹਾ, ਤਾਂ ਜਿਹੜਾ ਇਹ ਇਸ ਦੇ ਪਿਛੋਕੜ ਦੇ ਵਿੱਚ ਸਾਡੇ ਸਮਾਜ ਦੇ ਬਾਰੇ, ਸਾਡੀ ਜਿਹੜੀ ਪ੍ਰਗਤੀਸ਼ੀਲ ਸੋਚਣੀ ਆ ਉਸ ਦਾ ਵੀ ਇੱਕ ਹਿੱਸਾ ਹੈ। ਹੁਣ ਜਦੋਂ ਅਸੀਂ ਮਾਰਕਸਿਜ਼ਮ ਦੇ ਮੁਤਾਬਕ ਇਤਿਹਾਸ ਨੂੰ ਪੜ੍ਹਦੇ ਹਾਂ, ਜਿਸ ਨੂੰ ਅਸੀਂ ਇਤਿਹਾਸਕ ਪਦਾਰਥਵਾਦ ਦੀ ਵਿਧੀ ਕਹਿੰਦੇ ਹਾਂ, ਉਸ ਮੁਤਾਬਕ ਜਿਹੜਾ ਸਭ ਤੋਂ ਸਾਡਾ ਮੁੱਢਲਾ ਜੀਵਨ ਸੀਗਾ ਉਹਨੂੰ ਉੱਥੇ ਪ੍ਰਿਮਿਟਿਵ ਲਾਈਫ ਕਿਹਾ ਜਾਂਦਾ ਹੈ, ਜਿਹੜੀ ਪੁਰਾਤਨ ਜੀਵਨ ਦੀ ਸ਼ੈਲੀ ਸੀ। ਉਸ ਤੋਂ ਬਾਅਦ ਜਦੋਂ ਜਮਾਤੀ ਸਮਾਜ ਸ਼ੁਰੂ ਹੁੰਦਾ ਹੈ ਫਿਰ ਅਸੀਂ ਉਸ ਨੂੰ ਗੁਲਾਮਦਾਰੀ ਕਹਿੰਦੇ ਹਾਂ। ਜਿਹੜਾ ਗੁਲਾਮਦਾਰੀ ਤੋਂ ਪਹਿਲਾਂ ਦਾ ਜੀਵਨ ਹੈ ਉਸ ਨੂੰ ਪ੍ਰਿਮਿਟਿਵ ਕਮਿਊਨਿਜ਼ਮ ਵੀ ਕਿਹਾ ਜਾਂਦਾ ਹੈ ਨਾ, ਕਿ ਉਦੋਂ
एक अपने तरह का सामवाद मौजूद सी जिहड़ा कि बहुत ही मुढ़ले तौर पर सामवाद सी कि लोग इकट्ठे ही किरत करते उस किरत दे विच शिकार ते जिन्हों सी फूड गैदरिंग जां फल इकट्ठे करना जां भोजन इकट्ठा करना कह सकते हैं है ना। भोजन इकट्ठा करना ते शिकार करना ये दोवें मुख्य तौर पर उन्हां दियां उत्पादक क्रियावां सी। तां उन्हां उत्पादक क्रियावां तों बाद जो भी उन्हां दा उत्पादन हुंदा सी उस दे उपर कबीले दे सारे लोकां दा उहदे विच हिस्सा हुंदा सी हक हुंदा सी ते उह उन्हां चीज़ां नूं आपस विच बराबर वंड लैंदे सी जिस जिस दी जिन्नी जिन्नी लोड़ हुंदी सी उस तरीके नाल वंड लैंदे सी। इस प्रक्रिया करके जिहड़ी उत्पादन दी सांझे उत्पादन की प्रक्रिया ते उस दे फिर वंड दी जिहड़ी प्रक्रिया इस करके उस नूं उस जीवन नूं प्रिमिटिव कम्युनिज्म जां पुरातन सामवाद दा नाम दिता जांदा है। ते जिहड़े कबीले ने साडे इह समझ लो कि उस पद्धर दे जीवन नाल जोड़े जांदे ने है ना। ते इह वी कहा जांदा है कि मनुखी सभ्यता का इतिहास जमाती संघर्षां दा इतिहास है जिहड़ा कि गुलामदारी नाल शुरू हुंदा है ना। इतिहासक पदार्थवाद के मुताबिक पहला फिर प्रमेटिव जीवन तो बाद प्रमेटिव सामवाद तो बाद गुलामदारी आती है फिर उस तो बाद जागीरदारी आती है फिर उस तो बाद पूंजीवाद आता है पूंजीवाद तो बाद फिर समाजवाद फिर सामवाद आना है ना। तो यह जो अंतम पड़ा भी सामवाद है तो मुढ़ला पड़ा भी सामवाद है। तो जो मुढ़ला पड़ा है उसनों असी ट्राइबल जो जीवन है कबायली जीवन है उस दे नाल ही जोड़ के देखते हैं कि उस मुढ़ले पड़ा के उपर जो जीवन से कबायली भात का जीवन से। ते इहदा मतलब जिहड़े ये लोग ने कबीले ने इन्हां बारे असीं जे इतिहासक पदार्थवाद के नुक्ता निगाह तो देखांगे तां इह उस इतिहासक तौर पर बहुत ही पुराने पड़ा दे नाल दे जीवन नाल संबंधित ने। जे आपां साडे घुमंतु कबीलियां की बजाय यह गल जिहड़ी हैगी है इह वधेरे करके असीं जिहड़े जंगलों के रहने वाले पहाड़ों के रहने वाले कबीले ने उन्हां बारे ज्यादा कह सकते उस पड़ा दे उपर वो रह रहे हैं। जिहड़े साडे कबीले ने यह भावें कि उस पड़ा दे उपर नहीं रहिंदे पर इसे तरह की समझ करके जिस विच असी इतिहास का प्रगतिशील संकल्प सिखिया होया जिस दे विच चीज़ां असी इस तरह सीखिया हुई ने कि एक पड़ा तो दूजा पड़ा प्रगतिशील हुंदा है प्रोग्रेसिव हुंदा अगला इतिहासक पड़ा हुंदा है ना। जदों असी जदों पूंजीवाद आया तो मार्क्सवादी ਜਿਹੜੇ ਸੀਗੇ ਚਿੰਤਕ ਉਹ ਪਹਿਲੇ ਲੋਕ ਸੀ ਜਿਨ੍ਹਾਂ ਨੇ ਪੂੰਜੀਵਾਦ ਦੀਆਂ ਨਿਆਮਤਾਂ ਦੀ ਗੱਲ ਵੀ ਕੀਤੀ ਕਿ ਪੂੰਜੀਵਾਦ ਜਗੀਰਦਾਰੀ ਨਾਲੋਂ ਪ੍ਰਗਤੀਸ਼ੀਲ ਪੜਾਅ ਹੈ ਹਨਾ। ਇਸ ਦੀ ਜਿਹੜੀ ਅਸੀਂ ਅਕਸਰ ਜਿਹੜੇ ਸਧਾਰਨ ਜਿਹੜੀ ਸਾਡੀ ਸ਼ਬਦਾਵਲੀ ਹੁੰਦੀ ਹੈ ਆਮ ਲੋਕਾਂ ਦਾ ਸਧਾਰਨ ਪ੍ਰਵਚਨ ਹੁੰਦਾ ਕਈ ਵਾਰ ਲੇਖਕਾਂ ਦੇ ਵਿੱਚ ਵੀ ਇਸ ਕਿਸਮ ਦੀਆਂ ਗੱਲਾਂ ਹੁੰਦੀਆਂ ਨੇ ਕਿ ਉਹ ਹਰ ਪੂੰਜੀਵਾਦ ਨੂੰ ਸਮੁੱਚੇ ਰੂਪ ਦੇ ਵਿੱਚ ਹੀ ਅਸੀਂ ਉਸਦੀ ਨਿੰਦਾ ਕਰਦੇ ਹਾਂ ਪੂੰਜੀਵਾਦ ਨੂੰ ਸਮੁੱਚੇ ਰੂਪ ਦੇ ਵਿੱਚ ਹੀ ਕਿ ਬੁਰਿਆਈ ਦੇ ਰੂਪ ਦੇ ਵਿੱਚ ਦੇਖਦੇ ਹਾਂ। ਪਰ ਮਾਰਕਸਵਾਦ ਜਿਹੜਾ ਹੈਗਾ ਉਹ ਦੱਸਦਾ ਕਿ ਜਦੋਂ ਜਗੀਰਦਾਰੀ ਤੋਂ ਬਾਅਦ ਪੂੰਜੀਵਾਦ ਆਉਂਦਾ ਹੈ ਤਾਂ ਮੁੱਢਲੇ ਰੂਪ ਦੇ ਵਿੱਚ ਉਹ ਪ੍ਰਗਤੀਸ਼ੀਲ ਹੁੰਦਾ ਹੈ ਨਾ। ਬਾਅਦ ਦੇ ਵਿੱਚ ਉਸ ਦੇ ਵਿੱਚ ਜਿਹੜੀ ਜਦੋਂ ਸ਼ੋਸ਼ਣ ਦਾ ਪਸਾਰ ਬਹੁਤ ਵਿਸਤ੍ਰਿਤ ਹੋ ਜਾਂਦਾ ਹੈ ਤੇ ਬਹੁਤ ਹੀ ਤਿੱਖਾ ਤੇ ਡੂੰਘਾ ਹੋ ਜਾਂਦਾ ਹੈ ਉਦੋਂ ਫਿਰ ਪੂੰਜੀਵਾਦ ਜਿਹੜਾ ਹੈਗਾ ਆਪਣੀ ਪ੍ਰਗਤੀਸ਼ੀਲ ਜਿਹੜੀ ਹੈਗੀ ਆ ਉਸਦੀ ਫਿਤਰਤ ਹੈ ਉਸ ਨੂੰ ਛੱਡ ਕੇ ਆਪਣੀ ਖਸਲਤ ਨੂੰ ਛੱਡ ਕੇ ਉਹ ਬਹੁਤ ਜ਼ਿਆਦਾ ਇੱਕ ਤਰ੍ਹਾਂ ਨਾਲ ਪ੍ਰਗਤੀ ਵਿਰੋਧੀ ਹੋ ਜਾਂਦਾ ਹੈ ਨਾ। ਫਿਰ ਅਗਲਾ ਜਿਹੜਾ ਪੜਾਅ ਹੈਗਾ ਪ੍ਰਗਤੀ ਦਾ ਹੋਵੇ ਸਮਾਜਵਾਦ ਆਊਗਾ। ਹਰ ਪੜਾਅ ਆਪਣੇ ਅਖੀਰ ਦੇ ਉੱਪਰ ਜਾ ਕੇ ਪ੍ਰਗਤੀ ਵਿਰੋਧੀ ਹੋ ਜਾਂਦਾ ਜਿਵੇਂ ਮੁੱਢਲੇ ਤੌਰ ਤੇ ਉਹ ਪਹਿਲਾਂ ਪ੍ਰਗਤੀਸ਼ੀਲ ਪੜਾਅ ਹੁੰਦਾ। ਜਦੋਂ ਇਸ ਤਰੀਕੇ ਨਾਲ ਦੇਖਦੇ ਹਾਂ ਤਾਂ ਅਸੀਂ ਜਿਹੜੇ ਹੁਣ ਪੂੰਜੀਵਾਦੀ ਜੀਵਨ ਵਿਧੀ ਹੈ ਜਿਸ ਨੂੰ ਅਸੀਂ ਆਧੁਨਿਕ ਜੀਵਨ ਵਿਧੀ ਦੇ ਨਾਮ ਦੇ ਨਾਲ ਵੀ ਜੋੜਦੇ ਹਾਂ ਜਿਹੜੀ ਕਿ ਉਦਯੋਗਿਕ ਉਤਪਾਦਨ ਦੇ ਨਾਲ ਸੰਬੰਧਿਤ ਹੈ ਤਾਂ ਇਸ ਜੀਵਨ ਵਿਧੀ ਤੋਂ ਵੱਖਰਾ ਜਿਹੜਾ ਕੋਈ ਵੀ ਵਤਾਰਾ ਹੈ ਉਹ ਭਾਵੇਂ ਜਗੀਰੂ ਕਿਸਮ ਦੀਆਂ ਕਦਰਾਂ ਕੀਮਤਾਂ ਹੋਣ ਉਹਨਾਂ ਨੂੰ ਵੀ ਅਸੀਂ ਇਸ ਤਰ੍ਹਾਂ ਸਮਝਦੇ ਹਾਂ ਕਿ ਇਹ ਇਤਿਹਾਸ ਤੋਂ ਪਛੜੀਆਂ ਹੋਈਆਂ ਚੀਜ਼ਾਂ ਨੇ। ਤੇ ਜੇ ਜਗੀਰੂ ਕਿਸਮ ਦੀਆਂ ਚੀਜ਼ਾਂ ਨੂੰ ਅਸੀਂ ਇਤਿਹਾਸ ਤੋਂ ਪਛੜੀਆਂ ਹੋਈਆਂ ਕਹਿੰਦੇ ਹਾਂ ਤਾਂ ਲਾਜ਼ਮੀ ਤੌਰ ਤੇ ਜਿਹੜੀਆਂ ਉਸ ਤੋਂ ਪਹਿਲੇ ਪੜਾਵਾਂ ਦੀਆਂ ਦਾ ਜੀਵਨ ਹੈਗਾ ਉਸ ਨੂੰ ਵੀ ਅਸੀਂ ਇਤਿਹਾਸ ਤੋਂ ਪਛੜਿਆ ਹੋਇਆ ਹੀ ਕਹਾਂਗੇ ਹੈ ਨਾ। ਜਿਹੜੀ ਸਾਡੀ ਹੁਣ ਤੱਕ ਦੀ ਸਮਝ ਹੈ ਉਸ ਦੇ ਮੁਤਾਬਕ ਕਿ ਇਸ ਸਮਝ ਕਰਕੇ ਵੀ ਜਿਹੜੀ ਸਾਡੀ ਜਿਹੜੀ ਇਤਿਹਾਸ ਦੇ ਤੋਂ ਪਛੜੇ ਹੋਏ ਲੋਕ ਨੇ ਉਹਨਾਂ ਦੇ ਬਾਰੇ ਸਾਡੀ ਜਿਹੜੀ ਉਹਨਾਂ ਦੇ ਬਾਰੇ ਵਤੀਰਾ ਹੁੰਦਾ ਉਹ ਇਸ ਕਿਸਮ ਦਾ ਹੀ ਹੁੰਦਾ ਕਿ ਹਕਾਰਤ ਵਾਲਾ ਵਤੀਰਾ ਹੁੰਦਾ ਕਿ ਇਹ ਪਛੜੇ ਹੋਏ ਲੋਕ ਨੇ ਇਹ ਪ੍ਰਗਤੀ ਤੋਂ ਟੁੱਟੇ ਹੋਏ ਲੋਕ ਨੇ ਉਹਨਾਂ ਨੂੰ ਅਸੀਂ ਬਹੁਤਾ ਪਸੰਦ ਜਾਂ ਪਿਆਰ ਨਹੀਂ ਕਰਦੇ ਹੁੰਦੇ ਉਸ ਜੀਵਨ ਸ਼ੈਲੀ ਨੂੰ ਅਸੀਂ ਚੰਗਾ ਨਹੀਂ ਸਮਝਦੇ ਹੈ ਨਾ। ਭਾਵੇਂ ਉਹ ਘੁਮੰਤੂ ਕਬੀਲਿਆਂ ਦੀ ਜੀਵਨ ਸ਼ੈਲੀ ਹੋਵੇ ਤੇ ਇਹਦੇ ਵਿੱਚ ਇੱਕ ਹੋਰ ਵੀ ਨੁਕਤਾ ਜੁੜਿਆ ਹੋਇਆ ਜਿਸ ਨੂੰ ਅਸੀਂ ਜਮਾਤੀ ਨੁਕਤਾ ਕਹਿ ਸਕਦੇ। ਅਸੀਂ ਲੋਕ ਜਿਹੜੇ ਹੁਣ ਵਿੱਦਿਆ ਲੈ ਰਹੇ ਹਾਂ ਅਸੀਂ ਸਮਝ ਲਓ ਕਿ ਮਿਡਲ ਕਲਾਸ ਨਾਲ ਮੱਧ ਸ਼੍ਰੇਣੀ ਨਾਲ ਸੰਬੰਧਿਤ ਹਾਂ।
ਤੇ ਜਦੋਂ ਅਸੀਂ ਜਮਾਤੀ ਸਮਾਜ ਦੇ ਵਿੱਚ ਰਹਿ ਰਹੇ ਹੁੰਦੇ ਹਾਂ ਤਾਂ ਜਮਾਤ ਸਾਡੇ ਜਿਹੜੇ ਨੈਤਿਕ ਪ੍ਰਤੀਮਾਨ ਤੇ ਸਾਡੀਆਂ ਜਿਹੜੀਆਂ ਸਹਿਜ ਨੂੰ ਸਹਿਜਾਤਮਕ ਸਾਡੇ ਪ੍ਰਤੀਮਾਨਾਂ ਨੂੰ ਸਾਡੀ ਅੱਖ ਨੂੰ ਸਾਡੀ ਨਜ਼ਰ ਨੂੰ ਜਮਾਤ ਪ੍ਰਭਾਵਿਤ ਕਰਦੀ। ਸਾਨੂੰ ਗਰੀਬ ਬੰਦਾ ਪਸੰਦ ਨਹੀਂ ਹੁੰਦਾ, ਹੈ ਨਾ, ਗਰੀਬ ਬੰਦੇ ਦੇ ਤੌਰ ਤਰੀਕੇ ਪਸੰਦ ਨਹੀਂ ਹੁੰਦੇ, ਹੈ ਨਾ। ਭਾਵੇਂ ਅਸੀਂ ਇਸਨੂੰ ਪੰਜਾਬ ਦੀ ਜਾਤੀ ਵਿਵਸਥਾ ਜਾਂ ਭਾਰਤ ਦੀ ਜਾਤੀ ਵਿਵਸਥਾ ਨਾਲ ਵੀ ਜੋੜ ਕੇ ਦੇਖ ਸਕਦੇ ਹਾਂ ਕਿ ਕਿਰਤ ਕਰਨ ਵਾਲੇ ਲੋਕ ਤੇ ਸਭ ਤੋਂ ਨੀਵੀਂ ਕਿਰਤ ਕਰਨ ਵਾਲੇ ਲੋਕਾਂ ਨੂੰ ਅਸੀਂ ਇੱਕ ਤਰ੍ਹਾਂ ਨਾਲ ਹਕਾਰਤ ਨਾਲ ਦੇਖਦੇ ਹਾਂ। ਅਨਟਚੇਬਿਲਿਟੀ ਦੀਆਂ ਜੜ੍ਹਾਂ ਵੀ ਇਸ ਗੱਲ ਦੇ ਵਿੱਚ ਕਿਤੇ ਪਈਆਂ ਨੇ, ਕਿਉਂਕਿ ਜਿਹੜਾ ਉਹ ਕੰਮ ਕਰ ਰਹੇ ਲੋਕ ਨੇ ਉਹ ਬਹੁਤ ਹੀ ਅਸੀਂ ਉਸਨੂੰ ਨਿਗੂਣਾ ਨੀਵਾਂ ਕੰਮ ਮੰਨਦੇ ਹਾਂ, ਤੇ ਨਿਗੂਣਾ ਨੀਵਾਂ ਕੰਮ ਕਰਨ ਵਾਲੇ ਲੋਕਾਂ ਦਾ ਜਿਹੜਾ ਜੀਵਨ ਪੱਧਰ ਹੁੰਦਾ ਉਸ ਨੂੰ ਕਦੇ ਵੀ ਅਸੀਂ ਮਨਪਸੰਦ ਜੀਵਨ ਪੱਧਰ ਦੇ ਤੌਰ ਤੇ ਕਬੂਲ ਨਹੀਂ ਕਰਦੇ। ਉਹਨਾਂ ਦੇ ਕੱਪੜੇ ਲੀੜੇ ਪਾਉਣ ਦੇ ਤਰੀਕਿਆਂ ਨੂੰ ਨਹੀਂ ਅਸੀਂ ਪਸੰਦ ਕਰਦੇ, ਉਹਨਾਂ ਦੇ ਖਾਣ ਪਹਿਨਣ ਪਚਰਨ ਦੇ ਤਰੀਕਿਆਂ ਨੂੰ ਅਸੀਂ ਪਸੰਦ ਨਹੀਂ ਕਰਦੇ, ਉਹਨਾਂ ਦੇ ਰੰਗ ਰੂਪ ਸ਼ਕਲਾਂ ਨੂੰ ਵੀ ਅਸੀਂ ਪਸੰਦ ਕਰਨਾ ਬੰਦ ਕਰ ਦਿੰਦੇ ਹਾਂ। ਸਾਡੀ ਨਜ਼ਰ ਦੇ ਵਿੱਚ ਜਿਹੜੀ ਜਮਾਤ ਹੈ ਤੇ ਜਾਤ ਹੈ ਉਹ ਇਸ ਕਦਰ ਧਸੀ ਹੋਈ ਹੁੰਦੀ ਹੈ ਕਿ ਅਸੀਂ ਉਹਨਾਂ ਨੂੰ ਆਪਣੀ ਖੁਦਮੁਖਤਿਆਰੀ ਦੇ ਵਿੱਚ ਕੂਲ ਕਰਨ ਦੇ ਵਿੱਚ ਝਿਜਕ ਮਹਿਸੂਸ ਕਰਦੇ ਹਾਂ। ਠੀਕ ਹੈ, ਤਾਂ ਉਸ ਰੂਪ ਦੇ ਵਿੱਚ ਅਸੀਂ ਸੋਚ ਸਕਦੇ ਹਾਂ ਕਿ ਕਬਾਇਲੀ ਲੋਕਾਂ ਦੇ ਪ੍ਰਤੀ ਜਿਹੜਾ ਸਾਡਾ ਵਤੀਰਾ ਹੈਗਾ ਉਹ ਉਸ ਦੇ ਵਿੱਚ ਕਿਤੇ ਨਾ ਕਿਤੇ ਜਮਾਤੀ ਤੇ ਜਾਤੀ ਐਂਗਲ ਵੀ ਕਿਤੇ ਪਿਆ ਹੈ ਕਿ ਅਸੀਂ ਉਹਨਾਂ ਨੂੰ ਹਕਾਰਤ ਦੇ ਨਾਲ ਦੇਖਦੇ ਹਾਂ, ਕਿਉਂਕਿ ਉਹ ਗਰੀਬ ਗੁਰਬੇ ਲੋਕ ਨੇ, ਹੈ, ਕਿਉਂਕਿ ਉਹਨਾਂ ਦੇ ਕੋਲ ਸਾਡੇ ਵਰਗੀਆਂ ਸਹੂਲਤਾਂ ਨਹੀਂ ਹੈਗੀਆਂ। ਠੀਕ ਹੈ, ਇਹਦੇ ਨਾਲ ਨਾਲ ਇਹੀ ਨਹੀਂ ਹੈਗਾ ਉਹ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਪਰ ਪ੍ਰਵਾਸ ਕਰਨ ਵਾਲੇ ਲੋਕ ਨੇ, ਉਹਨਾਂ ਕੋਲ ਤਾਂ ਘਰ ਵੀ ਨਹੀਂ ਹੈਗਾ, ਹੈ ਨਾ, ਉਹਨਾਂ ਕੋਲ ਕੋਈ ਟਿਕਾਣਾ ਨਹੀਂ ਹੈਗਾ, ਤੇ ਇਸ ਗੱਲ ਨੂੰ ਅਸੀਂ ਕਦੇ ਵੀ ਪਸੰਦ ਨਹੀਂ ਕਰ ਸਕਦੇ। ਤਾਂ ਸਾਡੀ ਨਜ਼ਰ ਦੇ ਵਿੱਚ ਜਿਹੜੀ ਚੀਜ਼ ਸ਼ਾਮਿਲ ਹੁੰਦੀ ਹੈ ਉਸ ਕਰਕੇ ਵੀ ਅਸੀਂ ਜਿਹੜੇ ਟ੍ਰਾਈਬਲ ਲੋਕ ਨੇ ਉਹਨਾਂ ਦੇ ਪ੍ਰਤੀ ਸਾਡਾ ਜਿਹੜਾ ਵਤੀਰਾ ਹੁੰਦਾ ਉਹ ਹਕਾਰਤ ਵਾਲਾ ਵਤੀਰਾ ਬਣ ਜਾਂਦਾ, ਤੇ ਸਾਡਾ ਫਿਰ ਜੀ ਕੀ ਕਰਦਾ, ਜਿਹਨੂੰ ਅਸੀਂ ਰਿਫੋਰਮ ਕਹਿੰਦੇ, ਸਾਡਾ ਜੀ ਕਰਦਾ ਜਿਹੜੀ ਸਾਡੀ ਸੱਤਾ ਦੀ ਵਿਚਾਰਧਾਰਾ ਹੁੰਦੀ ਹੈ ਉਹ ਸਾਡੇ ਮਨਮਸਤਕ ਦੇ ਵਿੱਚ ਇਸ ਕਦਰ ਡੂੰਘੀ ਧਸੀ ਹੋਈ ਹੁੰਦੀ ਹੈ ਕਿ ਅਸੀਂ ਵੀ ਜਦੋਂ ਰਿਫੋਰਮ ਬਾਰੇ ਸੋਚਦੇ ਹਾਂ ਤਾਂ ਉਹਨਾਂ ਨੂੰ ਆਪਣੇ ਵਰਗੇ ਬਣਾਉਣ ਬਾਰੇ ਸੋਚ, ਹੈ ਨਾ, ਕਿ ਉਹ ਸਾਡੇ ਵਰਗੇ ਹੋ ਜਾਣਗੇ ਤਾਂ ਸ਼ਾਇਦ ਉਹਨਾਂ ਦਾ ਸੁਧਾਰ ਹੋ ਜਾਊਗਾ। ਪਰੰਤੂ ਅਸੀਂ ਕਈ ਵਾਰ ਆਪਣਾ ਮੁਲਾਂਕਣ ਕਰਨ ਤੋਂ ਖੁੰਝ ਜਾਂਦੇ ਹਾਂ ਕਿ ਕੀ ਅਸੀਂ ਜਿਹੜੇ ਜੀਵਨ ਨੂੰ ਜਿਉਂ ਰਹੇ ਹਾਂ ਇਹ ਸੱਚੀ ਮੁੱਚੀ ਬਹੁਤ ਸ਼ਾਨਦਾਰ ਜੀਵਨ ਹੈ, ਕੀ ਇਹ ਸੱਚੀ ਮੁੱਚੀ ਉਸ ਕਿਸਮ ਦੀਆਂ ਆਜ਼ਾਦੀਆਂ ਵਾਲਾ ਜੀਵਨ ਹੈਗਾ ਜਿਸ ਕਿਸਮ ਦੀਆਂ ਆਜ਼ਾਦੀਆਂ ਦੀ ਦੇ ਗੱਲ ਅਸੀਂ ਕਰਦੇ ਹਾਂ ਜਾਂ ਆਦਰਸ਼ਕ ਰੂਪ ਦੇ ਵਿੱਚ ਰੱਖਦੇ ਹਾਂ। ਤਾਂ ਇਸ ਮੁਤਲਕ ਮੈਨੂੰ ਮਨਮੋਹਨ ਬਾਵਾ ਹੋਰਾਂ ਦੀ ਇੱਕ ਕਵਿਤਾ ਯਾਦ ਆਉਂਦੀ ਆ, ਇਹ ਸ਼ਾਇਦ ਹੁਣ ਦੇ ਵਿੱਚ ਛਪੀ ਸੀ, ਹੁਣ ਮੈਗਜ਼ੀਨ ਦੇ ਵਿੱਚ, ਜਿਸ ਦੇ ਵਿੱਚ ਉਹ ਇਸ ਤਰ੍ਹਾਂ ਨਾਲ ਕਹਿ ਰਹੇ ਨੇ ਇੱਕ ਟ੍ਰਾਈਬਲ ਬੰਦਾ ਜਿਹੜਾ ਹੈਗਾ ਉਹਦੀ ਉਹਦੀ ਵੋਇਸ ਕੀ ਹੈ, ਉਹਦੀ ਆਵਾਜ਼ ਕੀ ਹੈ, ਉਹ ਕੀ ਕਹਿੰਦਾ। ਉਹ ਕਹਿੰਦਾ, ਮੈਂ ਜਿਸ ਤਰ੍ਹਾਂ ਦਾ ਹੈਗਾ ਮੈਨੂੰ ਇਸੇ ਰੂਪ ਦੇ ਵਿੱਚ ਰਹਿਣ ਦੇ, ਮੇਰੇ ਕੋਲ ਤੁਹਾਡੇ ਜਿੰਨੇ ਕੱਪੜੇ ਨਹੀਂ ਹੈਗੇ, ਹੈ ਨਾ, ਮੈਂ ਨੰਗਾ ਰਹਿਣਾ ਤੇ ਮੈਂ ਆਪਣਾ ਤਨ ਪੂਰੀ ਤਰ੍ਹਾਂ ਨਾਲ ਤੁਹਾਡੇ ਵਾਂਗੂ ਨਹੀਂ ਢੱਕ ਕੇ ਰੱਖਦਾ, ਤੇ ਮੇਰੇ ਕੋਲ ਤੁਹਾਡੇ ਵਰਗੀਆਂ ਯੂਨੀਵਰਸਿਟੀਆਂ, ਤੁਹਾਡੇ ਵਰਗੀਆਂ ਸੁੱਖ ਸਹੂਲਤਾਂ, ਤੁਹਾਡੇ ਵਰਗੀਆਂ ਸਿਹਤ ਸਹੂਲਤਾਂ ਨਹੀਂ ਹੈਗੀਆਂ, ਹੈ ਨਾ, ਤੇ ਮੈਂ ਆਪਣੇ ਜੀਵਨ ਦੇ ਵਿੱਚ ਫਿਰ ਵੀ ਖੁਸ਼ ਹਾਂ, ਮੈਨੂੰ ਜਿਸ ਤਰ੍ਹਾਂ ਦਾ ਹੈਗਾ ਮੈਂ ਉਵੇਂ ਰਹਿਣ ਦਿਓ। ਪਰ ਕਹਿੰਦਾ, ਮੈਂ ਤੁਹਾਡੇ ਵਾਂਗੂ ਨਗਨਤਾ ਦੇ ਵਿੱਚ ਰਹਿਣ ਕਰਕੇ ਬਲਾਤਕਾਰ ਵੀ ਨਹੀਂ ਕਰਦਾ, ਹੈ ਨਾ, ਉਹ ਨੱਗੇ ਰਹਿੰਦੇ ਨੇ ਪਰ ਉੱਥੇ ਕੋਈ ਬਲਾਤਕਾਰ ਦੀਆਂ ਘਟਨਾਵਾਂ ਨਹੀਂ ਘਟਦੀਆਂ ਜਿਵੇਂ ਕਿ ਸਾਡੇ ਜੀਵਨ ਦੇ ਵਿੱਚ ਘਟਦੀਆਂ। ਉਹ ਕਹਿੰਦਾ ਕਿ ਮੈਂ ਸਾਡਾ ਜੀਵਨ ਇਸ ਤਰ੍ਹਾਂ ਦਾ ਨਹੀਂ ਹੈਗਾ ਕਿ ਅੰਦਰ ਤਾਂ ਸਾਹਿਬ ਜਿਹੜਾ ਹੈਗਾ ਉਹ ਏਸੀ ਦੇ ਵਿੱਚ ਬੈਠਾ ਹੋਵੇ, ਬਹੁਤ ਜ਼ਿਆਦਾ ਗਰਮੀ ਦੇ ਦਿਨਾਂ ਦੇ ਵਿੱਚ ਸਾਹਿਬ ਅੰਦਰ ਏਸੀ ਦੇ ਵਿੱਚ ਬੈਠਾ ਹੋਵੇ ਤੇ ਬਾਹਰ ਸਟੂਲ ਦੇ ਉੱਪਰ ਜਿਹੜਾ ਚਪੜਾਸੀ ਹੈ ਉਹ ਗਰਮੀ ਦੇ ਵਿੱਚ ਭੁੱਜ ਰਿਹਾ ਹੋਵੇ, ਸਾਡੇ ਇਸ ਤਰ੍ਹਾਂ ਵੀ ਨਹੀਂ ਹੈ, ਹੈ ਨਾ। ਤਾਂ ਉਹ ਆਪਣੇ ਜੀਵਨ ਦੀਆਂ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਵੱਲ ਧਿਆਨ ਇੱਕ ਤਰ੍ਹਾਂ ਨਾਲ ਡਾਕਟਰ ਮਨਮੋਹਨ ਬਾਵਾ ਹੁਣੀ ਦਵਾਉਂਦੇ ਨੇ ਕਿ ਉਸ ਜੀਵਨ ਦੇ ਵਿੱਚ ਠੀਕ ਹੈ ਕਿ ਸਾਡੇ ਵਰਗੀਆਂ ਸੁੱਖ ਸਹੂਲਤਾਂ, ਪਦਾਰਥਕ ਸਹੂਲਤਾਂ ਸਾਡੇ ਵਰਗੀਆਂ ਨਹੀਂ ਹੈਗੀਆਂ, ਪਰੰਤੂ ਉਹਨਾਂ ਦੇ ਜੀਵਨ ਦੇ ਵਿੱਚ ਵੀ ਕੁਝ ਜਿਉਣ ਯੋਗ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਸਾਡੇ ਜੀਵਨ ਦੇ ਵਿੱਚੋਂ ਮਿਸਿੰਗ ਨੇ ਜਾਂ ਸਾਡੇ ਜੀਵਨ ਦੇ ਵਿੱਚ ਨਹੀਂ ਹੈਗੀਆਂ। ਇਸ ਕਰਕੇ ਮੁਕੰਮਲ ਤੌਰ ਤੇ ਉਸ ਜੀਵਨ ਸ਼ੈਲੀ ਨੂੰ ਰੱਦ ਕਰ ਦੇਣਾ ਇਹ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਹੈਗੀ। ਉਹ ਜੇ ਜੀਵਨ ਜਿਉਂ ਰਹੇ ਨੇ ਤੇ ਉਹ ਜੀਵਨ ਨੂੰ ਉਸੇ ਰੂਪ ਦੇ ਵਿੱਚ ਜਿਉਣਾ ਚਾਹੁੰਦੇ ਨੇ ਤਾਂ ਇਹ ਉਹਨਾਂ ਦੀ ਚੋਣ ਵੀ ਹੈ ਤੇ ਚੋਣ ਦੇ ਕੁਛ ਨਾ ਕੁਛ ਠੋਸ ਆਧਾਰ ਵੀ ਹੋਣਗੇ ਜਿਸ ਕਰਕੇ ਉਹਨਾਂ ਨੂੰ ਉਹ ਜੀਵਨ ਮੁਕਾਬਲਤਨ ਠੀਕ ਲੱਗਦਾ ਕਿ ਸਾਨੂੰ ਇਸੇ ਤਰ੍ਹਾਂ ਨਾਲ ਰਹਿਣਾ ਚਾਹੀਦਾ।
ਕਿਰਪਾਲ ਕਜ਼ਾਕ ਉਹਨਾਂ ਦੀਆਂ ਲਿਖਤਾਂ ਜੇ ਤੁਸੀਂ ਪੜ੍ਹੋ ਤਾਂ ਉਹਦੇ ਵਿੱਚ ਇੱਕ ਕਬਾਇਲੀ ਜੀਵਨ ਦਾ ਜਿਹੜਾ ਨੁਕਤਾ ਪੇਸ਼ ਕੀਤਾ ਗਿਆ ਉਹ ਹੈਗਾ ਔਰਤ ਦੀ ਮਰਦ ਨਾਲ ਬਰਾਬਰੀ ਦਾ ਅਤੇ ਉਸ ਦੇ ਅਸਰਸ਼ਨ ਦਾ ਜਿਹੜਾ ਉਹ ਜਿਹੜੀ ਉਹਦੀ ਦਾਅਵੇਦਾਰੀ ਆ ਜੀਵਨ ਦੇ ਵਿੱਚ ਤਾਂ ਉਹ ਸਾਡੇ ਜਿਹੜੇ ਅਖੌਤੀ ਆਧੁਨਿਕ ਜੀਵਨ ਦੇ ਵਿੱਚ ਜੋ ਦਾਅਵੇਦਾਰੀ ਸਾਡੇ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਉਸ ਦਾਅਵੇਦਾਰੀ ਦੇ ਦੀ ਤੁਲਨਾ ਦੇ ਵਿੱਚ ਕਬਾਇਲੀ ਜੀਵਨ ਦੇ ਵਿੱਚ ਔਰਤ ਦੀ ਦਾਅਵੇਦਾਰੀ ਕਿਤੇ ਨਾ ਕਿਤੇ ਜ਼ਿਆਦਾ ਹੈ ਕਿਤੇ ਨਾ ਕਿਤੇ ਉਹ ਜਿਹੜੀ ਹੈਗੀ ਆ ਉਹ ਦਾਅਵੇਦਾਰੀ ਜ਼ਿਆਦਾ ਸਾਰ ਤੱਤ ਵਾਲੀ ਹੈ ਕਿਉਂਕਿ ਉੱਥੇ ਜਿਹੜੀ ਉਹਨਾਂ ਦੇ ਜੀਵਨ ਦੇ ਵਿੱਚ ਇਹ ਕਿਹਾ ਜਾਂਦਾ ਕਿ ਜਿਵੇਂ ਕਿਰਪਾਲ ਕਜ਼ਾਕ ਹੋਰਾਂ ਦਾ ਜੇ ਹਵਾਲਾ ਦੇਈਏ ਕਿ ਸਵੇਰੇ ਲੜਕੀ ਦੇ ਘਰੋਂ ਜਾਣ ਤੋਂ ਲੈ ਕੇ ਸ਼ਾਮ ਤੱਕ ਉਹ ਕਿੱਥੇ ਰਹਿੰਦੀ ਹੈ ਇਸ ਗੱਲ ਦਾ ਕੋਈ ਵੀ ਸਵਾਲ ਕਦੇ ਪੁੱਛਿਆ ਨਹੀਂ ਜਾਂਦਾ ਤੇ ਇੱਕ ਕਹਾਣੀ ਹੈ ਜਿਹੜੀ ਕਿਰਪਾਲ ਕਜ਼ਾਕ ਉਹਨੇ ਸ਼ਾਦੀ ਦੀ ਕਹਾਣੀ ਵਿਆਹ ਦੀ ਕਹਾਣੀ ਦੱਸਦੇ ਨੇ ਉਹ ਲੰਬੀ ਕਹਾਣੀ ਹੈ ਆਪਾਂ ਇੱਥੇ ਨਹੀਂ ਛੇੜਾਂਗੇ ਜਿਸ ਦੇ ਵਿੱਚ ਕਿ ਲੜਕੀ ਦੀ ਚੋਣ ਮਹੱਤਵਪੂਰਨ ਹੁੰਦੀ ਹੈ ਕਿ ਲੜਕੀ ਨੇ ਉਹ ਆਪਣੇ ਪ੍ਰਤੀਕਾਂ ਦੇ ਰਾਹੀਂ ਆਪਣੇ ਜੈਸਚਰ ਦੇ ਰਾਹੀਂ ਇਹ ਗੱਲ ਆਪਣੇ ਪਿਤਾ ਤੱਕ ਪਹੁੰਚਾ ਦਿੰਦੀ ਹੈ ਜਦੋਂ ਉਹਦੇ ਵਿਆਹ ਦੀ ਗੱਲ ਤੁਰਦੀ ਆ ਤਾਂ ਇਹ ਗੱਲ ਉਹਨੂੰ ਪੁੱਛੀ ਜਾਂਦੀ ਆ ਵੀ ਤੇਰਾ ਵਿਆਹ ਤੂੰ ਆਪ ਕੋਈ ਸਾਥੀ ਚੁਣਿਆ ਹੋਇਆ ਕਿ ਤੇਰਾ ਅਸੀਂ ਵਿਆਹ ਕਰੀਏ ਹਨਾ ਕਿਰਪਾਲ ਕਜ਼ਾਕ ਨੂੰ ਕੋਟ ਕਰੀਏ ਕਿ ਜਦੋਂ ਇਸ ਦਿਨ ਇੱਕ ਰਸਮ ਕੀਤੀ ਜਾਂਦੀ ਹੈ ਜਿਸ ਦਿਨ ਲੜਕੀ ਆਪਣੇ ਪਿਤਾ ਨੂੰ ਇਸ਼ਨਾਨ ਕਰਵਾਉਂਦੀ ਹੈ ਉਹ ਪਾਣੀ ਤੇਲ ਤੌਲੀ ਤੌਲੀ ਆ ਸਾਬਣ ਵਗੈਰਾ ਜੋ ਵੀ ਉਹ ਰੱਖਦੀ ਹੈ ਤੇ ਜਦੋਂ ਉਸਨੇ ਇਸ਼ਨਾਨ ਕਰਕੇ ਉੱਥੋਂ ਉੱਠਣਾ ਹੁੰਦਾ ਚੌਂਕੀ ਦੇ ਉੱਪਰੋਂ ਤਾਂ ਉਹ ਉੱਥੇ ਉਹਦੀਆਂ ਉਹਦੇ ਉਹਦੇ ਜੁੱਤੀਆਂ ਰੱਖ ਕੇ ਆਉਂਦੀ ਹੈ ਤਾਂ ਉਹ ਜੁੱਤੀ ਦਾ ਮੂੰਹ ਜੇ ਤਾਂ ਉਹ ਨਾ ਚੌਂਕੀਆਂ ਵੱਲ ਹੋਵੇ ਚੌਂਕੀ ਵੱਲ ਹੋਵੇ ਜਿੱਥੇ ਉਹ ਬੈਠਾ ਤਾਂ ਇਹਦਾ ਮਤਲਬ ਹੈ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਮੈਂ ਆਪਣਾ ਜਿਹੜਾ ਹੈਗਾ ਆਪਣਾ ਜੀਵਨ ਸਾਥੀ ਉਹ ਚੁਣਿਆ ਹੋਇਆ ਤੇ ਜੇ ਉਹ ਬਾਹਰ ਨੂੰ ਹੋਵੇ ਉਹਨਾਂ ਦਾ ਮੂੰਹ ਤਾਂ ਇਹਦਾ ਮਤਲਬ ਹੈ ਕਿ ਭਾਈ ਹੁਣ ਤੂੰ ਆਪਣੀ ਖੋਜ ਪੜਤਾਲ ਕਰ ਠੀਕ ਹੈ ਇਸ ਤੋਂ ਅੱਗੇ ਹੋਰ ਵੇਰਵੇ ਆਉਂਦੇ ਨੇ ਜਿਸ ਦੇ ਵਿੱਚ ਕਿ ਹਰ ਨੁਕਤੇ ਦੇ ਉੱਪਰ ਲੜਕੀ ਦੀ ਜਿਹੜੀ ਚੋਣ ਹੈ ਉਹ ਸਿੰਬੋਲਿਕ ਰੂਪ ਦੇ ਵਿੱਚ ਪ੍ਰਤੀਕਾਤਮਕ ਤੌਰ ਤੇ ਪਿਤਾ ਤੱਕ ਪਹੁੰਚਾ ਦਿੰਦੀ ਹੈ ਕਿ ਆਹ ਮੁੰਡਾ ਮੈਨੂੰ ਫਲਾਣੇ ਪਰਿਵਾਰ ਦਾ ਵੱਡਾ ਛੋਟਾ ਜਾਂ ਸਭ ਤੋਂ ਵੱਡਾ ਜਾਂ ਦਰਮਿਆਨਾ ਹਨਾ ਵੀ ਉਹ ਮੁੰਡਾ ਜਿਹੜਾ ਹੈਗਾ ਮੈਨੂੰ ਵਿਚਕਾਰਲਾ ਮੁੰਡਾ ਪਸੰਦ ਹੈ ਤੇ ਉਹ ਤਰੀਕੇ ਹੈਗੇ ਨੇ ਉਹਨਾਂ ਕੋਲ ਇਸ ਤਰੀਕੇ ਨਾਲ ਉਹ ਉਸ ਗੱਲ ਨੂੰ ਤੁਸੀਂ ਪੜ੍ਹ ਸਕਦੇ ਹੋ ਮੈਂ ਇੱਥੇ ਵਿਸਤਾਰ ਦੇ ਵਿੱਚ ਨਹੀਂ ਜਾਊਂਗਾ ਤਾਂ ਕਹਿਣ ਦਾ ਭਾਵ ਹੈ ਕਿ ਉੱਥੇ ਜਿਹੜੀ ਲੜਕੀ ਆ ਔਰਤ ਹੈ ਉਹ ਸ਼ਾਇਦ ਵੱਧ ਇੰਪਾਵਰਡ ਹੈ ਸਾਡੇ ਜੀਵਨ ਦੇ ਵਿੱਚ ਜਿਸ ਤਰ੍ਹਾਂ ਦੀ ਇੰਪਾਵਰਮੈਂਟ ਮਿਲਦੀ ਹੈ ਉਸ ਇੰਪਾਵਰਮੈਂਟ ਨਾਲੋਂ ਕਬਾਇਲੀ ਜੀਵਨ ਦੇ ਵਿੱਚ ਮੁਕਾਬਲਤਨ ਤੁਹਾਨੂੰ ਬਰਾਬਰੀ ਦੇਖਣ ਨੂੰ ਮਿਲੂਗੀ ਔਰਤਾਂ ਦੇ ਮਰਦਾਂ ਦੇ ਵਿੱਚ ਜਿਹੜੀ ਸਾਡੇ ਅਸੀਂ ਅਕਸਰ ਬਰਾਬਰੀ ਦੀ ਗੱਲ ਕਰਦੇ ਹਾਂ ਉਸ ਕਿਸਮ ਦੀ ਬਰਾਬਰੀ ਵਿਹਾਰਕ ਰੂਪ ਦੇ ਵਿੱਚ ਤੁਸੀਂ ਦੇਖਣੀ ਹੋਵੇ ਤਾਂ ਉਹ ਕਬਾਇਲੀ ਜੀਵਨ ਦੇ ਵਿੱਚ ਦੇਖੀ ਜਾ ਸਕਦੀ ਹੋ ਇੱਕ ਮੈਂ ਤੁਹਾਨੂੰ ਉਦਾਹਰਣ ਦੇ ਦਿੰਦਾ ਜਿਹੜੇ ਪਹਾੜੀ ਲੋਕ ਨੇ ਉਹਨਾਂ ਦੇ ਵਿੱਚ ਵੀ ਮੁਕਾਬਲਤਨ ਸਾਡੇ ਨਾਲੋਂ ਵੱਧ ਔਰਤ ਮਰਦਾਂ ਦੀ ਬਰਾਬਰੀ ਹੁੰਦੀ ਹੈ ਜਿਹੜੇ ਉਹਨਾਂ ਦੇ ਡਾਂਸ ਨੇ ਨਾਚ ਨੇ ਇੱਕ ਤਾਂ ਉਹ ਸਾਂਝੇ ਨਾਚ ਨੇ ਔਰਤਾਂ ਤੇ ਮਰਦਾਂ ਦੇ ਸਾਂਝੇ ਨਾਚ ਨੇ ਸਾਡੇ ਨਾਚ ਔਰਤਾਂ ਦੇ ਵੱਖਰੇ ਨੇ ਮਰਦਾਂ ਦੇ ਵੱਖਰੇ ਨੇ ਜਦੋਂ ਔਰਤਾਂ ਨੱਚਦੀਆਂ ਨੇ ਤੇ ਜਦੋਂ ਉਹ ਆਪਣੀ ਪੂਰੀ ਤਰ੍ਹਾਂ ਨਾਲ ਆਪਣੇ ਆਪ ਨੂੰ ਪ੍ਰਗਟ ਕਰਦੀਆਂ ਨੇ ਤਾਂ ਉੱਥੇ ਮਰਦਾਂ ਦੀ ਹਾਜ਼ਰੀ ਨਹੀਂ ਹੋਣੀ ਚਾਹੀਦੀ ਤੇ ਜਦੋਂ ਮਰਦ ਆਪਣੀਆਂ ਗੱਲਾਂ ਕਰਦੇ ਨੇ ਤੇ ਆਪਣੇ ਆਪਣੇ ਤਰ੍ਹਾਂ ਨਾਲ ਇੱਕ ਤਰ੍ਹਾਂ ਨਾਲ ਸੁਤੰਤਰਤਾ ਦਾ ਆਨੰਦ ਮਾਣਦੇ ਨੇ ਉੱਥੇ ਔਰਤਾਂ ਨਹੀਂ ਹੋਣੀਆਂ ਚਾਹੀਦੀਆਂ ਪਰ ਤੁਸੀਂ ਨੌਰਥ ਈਸਟ ਜਿਹਨੂੰ ਤੁਸੀਂ ਕਹਿੰਦੇ ਆ ਉਸ ਇਲਾਕੇ ਦੇ ਵਿੱਚ ਤੁਸੀਂ ਜਿਹੜੇ ਉੱਥੋਂ ਦੇ ਪਹਾੜੀ ਕੁਝ ਲੋਕ ਨੇ ਭਾਵੇਂ ਕਿ ਉਹ ਕਬੀਲੇ ਤਾਂ ਨਹੀਂ ਹੈਗੇ ਉਹਨਾਂ ਦੇ ਨਾਚਾਂ ਦੇ ਵਿੱਚ ਤੁਸੀਂ ਔਰਤਾਂ ਤੇ ਮਰਦਾਂ ਨੂੰ ਇਕੱਠੇ ਨੱਚਦੇ ਹੋਏ ਦੇਖੋਗੇ ਇੱਕ ਮੈਂ ਨਾਚ ਦੇਖ ਰਿਹਾ ਸੀਗਾ ਸ਼ਾਇਦ ਮਣੀਪੁਰ ਜਾਂ ਅਰੁਣਾਚਲ ਦੇ ਉਸ ਖਿੱਤੇ ਦਾ ਕੋਈ ਨਾਚ ਸੀ ਉਸ ਨਾਚ ਦੇ ਵਿੱਚ ਅਖੀਰ ਦੇ ਵਿੱਚ ਲੜਕੀਆਂ ਤੇ ਲੜਕਿਆਂ ਦੇ ਵਿੱਚ ਰੱਸਾਕਸ਼ੀ ਹੁੰਦੀ ਹੈ ਤੇ ਉਸ ਰੱਸਾਕਸ਼ੀ ਦੇ ਵਿੱਚ ਔਰਤਾਂ ਜਿਹੜੀਆਂ ਹੈਗੀਆਂ ਨੇ ਉਹ ਮਰਦਾਂ ਨੂੰ ਖਿੱਚ ਕੇ ਲੈ ਜਾਂਦੀਆਂ ਹਨਾ ਔਰਤਾਂ ਜਿੱਤ ਜਾਂਦੀਆਂ ਨੇ ਜਿੱਥੋਂ ਪਤਾ ਲੱਗਦਾ ਕਿ ਉਹਨਾਂ ਦੇ ਜੀਵਨ 'ਚ ਔਰਤ ਡੋਮੀਨੇਟ ਕਰਦੀ ਹੈ ਤੇ ਇਹ ਵੀ ਸਾਨੂੰ ਸੁਣਨ 'ਚ ਮਿਲਦਾ ਕਿ ਉਹਨਾਂ ਇਲਾਕਿਆਂ 'ਚ ਮਣੀਪੁਰ ਦੇ ਸੱਭਿਆਚਾਰ ਦੇ ਨੇੜੇ ਤੇੜੇ ਕਿਤੇ ਕਿਤੇ ਔਰਤਾਂ ਮੁੰਡਿਆਂ ਨੂੰ ਮਰਦਾਂ ਨੂੰ ਵਿਆਹ ਕੇ ਲੈ ਕੇ ਜਾਂਦੀ ਜਿਵੇਂ ਸਾਡੇ ਅਸੀਂ ਮਰਦ ਜਿਹੜਾ ਹੈਗਾ ਔਰਤ ਨੂੰ ਵਿਆਹ ਕੇ ਲੈ ਕੇ ਆਉਂਦਾ ਹਨਾ ਇਹ ਉੱਥੇ ਗੱਲ ਵਰਸ ਹੋ ਜਾਂਦੀ ਹੈ ਕਿ ਔਰਤ ਮੁੰਡੇ ਨੂੰ ਵਿਆਹ ਕੇ ਲੈ ਕੇ ਜਾਂਦੀ ਆ ਉਹ ਆਪਣੇ ਕਬੀਲੇ ਦੇ ਵਿੱਚ ਚਲੇ ਜਾਂਦਾ ਆਪਣੇ ਕਬੀਲੇ ਛੱਡ ਕੇ ਔਰਤ ਦੇ ਕਬੀਲੇ ਦੇ ਵਿੱਚ ਜਾਂ ਕਹੀਏ ਕਿ ਉਸ ਪਰਿਵਾਰ ਦੇ ਵਿੱਚ ਚਲੇ ਜਾਂਦਾ ਜੇ ਆਪਾਂ ਕਬੀਲਾ ਇੱਥੇ ਸ਼ਬਦ ਨਾ ਵਰਤੀ ਤਾਂ ਜ਼ਾਹਿਰ ਹੈ ਕਿ ਜਿਹੜੀ ਇਸ ਕਿਸਮ ਦੀ ਬਰਾਬਰੀ ਹੈ ਉਹ ਆਧੁਨਿਕ ਜੀਵਨ ਤੋਂ ਨਿਖੜੇ ਹੋਏ ਕੁੱਝ ਕਬੀਲਿਆਂ ਦੇ ਵਿੱਚ ਕੁੱਝ ਸਮਾਜਾਂ ਦੇ ਵਿੱਚ ਮੌਜੂਦ ਹੈਗੀ ਹੈ ਜਿਹੜੀ ਕਬੀਲਿਆਂ ਦਾ ਇੱਕ ਮਹੱਤਵਪੂਰਨ ਲੱਛਣ ਹੈ।
ਇਸ ਕਰਕੇ ਜਿਹੜਾ ਇਹ ਸਾਡਾ ਪ੍ਰਤੀਮਾਨਕ ਨਿਰਣਾ ਹੁੰਦਾ ਹੈਗਾ ਉਹਨਾਂ ਦੇ ਜੀਵਨ ਬਾਰੇ, ਉਸਦਾ ਸੰਬੰਧ ਸਿਰਫ ਤੇ ਸਿਰਫ ਪਦਾਰਥਕ ਪਹਿਲੂ ਨਾਲ ਜੁੜ ਜਾਂਦਾ ਹੈ ਕਿ ਅਸੀਂ ਜਦੋਂ ਉਹਨਾਂ ਦੇ ਜੀਵਨ ਨੂੰ ਪਛੜਿਆ ਹੋਇਆ ਕਹਿੰਦੇ ਹਾਂ ਤਾਂ ਇਸ ਦਾ ਆਧਾਰ ਇਹ ਹੈ ਕਿ ਅਸੀਂ ਉਹਨਾਂ ਦੇ ਪਦਾਰਥਕ ਤੌਰ ਤੇ ਨਿਵੇਰੇ ਜੀਵਨ ਨਾਲ ਜੁੜੇ ਹੋਣ ਕਰਕੇ ਕਿ ਉਹਨਾਂ ਕੋਲ ਸਾਡੇ ਵਰਗੀਆਂ ਸੁੱਖ ਸਹੂਲਤਾਂ ਨਹੀਂ ਹੈਗੀਆਂ, ਉਹਨਾਂ ਕੋਲ ਸਾਡੇ ਵਰਗੇ ਆਧੁਨਿਕ ਕੱਪੜੇ ਨਹੀਂ ਹੈਗੇ, ਉਹਨਾਂ ਕੋਲ ਫਰਿੱਜ ਨਹੀਂ ਹੈਗੇ, ਉਹਨਾਂ ਕੋਲ ਟੈਲੀਵਿਜ਼ਨ, ਟੈਲੀਵਿਜ਼ਨ ਤਾਂ ਹੁਣ ਝੁੱਗੀਆਂ 'ਚ ਵੀ ਪਹੁੰਚ ਗਏ, ਹੈ ਨਾ, ਵੀ ਸਾਡੇ ਵਰਗੀਆਂ ਸੁੱਖ ਸਹੂਲਤਾਂ, ਸਾਡੇ ਵਰਗੀਆਂ ਤਕਨੀਕੀ ਸਹੂਲਤਾਂ ਨਹੀਂ ਹੈਗੀਆਂ। ਅਸੀਂ ਇਹਦਾ ਮਤਲਬ ਉਹਨਾਂ ਦੀ ਗਰੀਬੀ ਨੂੰ ਅਸਲ 'ਚ ਪਛੜਿਆ ਹੋਇਆ ਕਹਿੰਦੇ ਹਾਂ, ਅਸੀਂ ਉਹਨਾਂ ਦੇ ਜੀਵਨ ਦੇ ਜਿਹੜੇ ਹੋਰ ਸਮਾਜਿਕ ਸੱਭਿਆਚਾਰਕ ਪਹਿਲੂ ਨੇ ਉਹਨਾਂ ਦੇ ਸਮਾਜ ਦੀਆਂ ਬਣਤਰਾਂ ਨੂੰ ਅਸੀਂ ਬਹੁਤਾ ਨਹੀਂ ਜਾਣਦੇ ਹੁੰਦੇ ਆਮ ਲੋਕ, ਜਿਸ ਕਰਕੇ ਅਸੀਂ ਉਹਨਾਂ ਨੂੰ ਪਛੜਿਆ ਹੋਇਆ ਕਹਿੰਦੇ। ਜਦੋਂ ਅਸੀਂ ਸਮਾਜਿਕ ਬਣਤਰਾਂ ਨੂੰ ਜਾਣਨ ਵੱਲ ਤੁਰਦੇ ਹਾਂ, ਜਦੋਂ ਉਹਨਾਂ ਦੀਆਂ ਸੱਭਿਆਚਾਰਕ ਬਣਤਰਾਂ ਨੂੰ ਜਾਣਨ ਵੱਲ ਤੁਰਦੇ ਹਾਂ, ਤਾਂ ਉਹਨਾਂ ਸੱਭਿਆਚਾਰਕ ਬਣਤਰਾਂ ਦੇ ਵਿੱਚ ਕੁਝ ਇਹੋ ਜਿਹੇ ਪਹਿਲੂ ਨਜ਼ਰ ਆਉਣਗੇ ਜਿਹੜੇ ਪਹਿਲੂ ਸਾਡੇ ਜੀਵਨ ਦੇ ਵਿੱਚ ਵੀ ਹਾਲੇ ਹਾਸਲ ਨਹੀਂ ਹੈਗੇ ਜਾਂ ਅਸੀਂ ਗਵਾ ਚੁੱਕੇ ਹਾਂ, ਹੈ ਨਾ। ਉਸ ਕਿਸਮ ਦੀ ਜਿਹੜੀ ਔਰਤ ਮਰਦ ਵਾਲੀ ਬਰਾਬਰੀ ਹੈ ਉਹ ਅਸੀਂ ਹਾਸਲ ਕਰਨੀ ਹੈ, ਠੀਕ ਹੈ। ਇਸ ਕਰਕੇ ਅਸੀਂ ਜਦੋਂ ਅਸੀਂ ਉਹਨਾਂ ਦੇ ਆਪਸੀ ਜਿਹਨੂੰ ਅਸੀਂ ਅੰਤਰ ਵਿਅਕਤੀਗਤ ਸੰਬੰਧ ਕਹਿੰਦੇ ਹਾਂ, ਅੰਤਰ ਵਿਅਕਤੀਗਤ ਸੰਬੰਧਾਂ ਦੀ ਪਛਾਣ ਕਰਾਂਗੇ ਤਾਂ ਜਿਹੜਾ ਕਬਾਇਲੀ ਜੀਵਨ ਹੈਗਾ ਉਸ ਦੇ ਵਿੱਚ ਅੰਤਰ ਵਿਅਕਤੀਗਤ ਸੰਬੰਧ ਜ਼ਿਆਦਾ ਸੁਖਾਵੇਂ ਤੁਹਾਨੂੰ ਨਜ਼ਰ ਆ ਸਕਦੇ ਆ। ਇੱਥੋਂ ਤੱਕ ਕਿ ਜਿਹੜੀ ਸਾਡਾ ਹਾਈਪੋਥੀਸਿਸ ਮੇਰਾ ਤੇ ਮਨਿੰਦਰ ਦਾ ਹੈਗਾ ਕਿ ਜਿਹੜਾ ਕਬੀਲਾ ਹੈਗਾ ਉਹਦੇ ਅੰਦਰ ਅੱਗੇ ਜਮਾਤਾਂ ਨਹੀਂ ਹੁੰਦੀਆਂ, ਇੱਕ ਤਰ੍ਹਾਂ ਨਾਲ ਉਹ ਹਾਲੇ ਵੀ ਇੱਕ ਤਰ੍ਹਾਂ ਦੀ ਕਲਾਸਲੈਸ ਸੁਸਾਇਟੀ ਹੈ, ਹੈ ਨਾ। ਇਹ ਭਾਵੇਂ ਸਾਰੇ ਹੁਣ ਉਹਨਾਂ ਕਬੀਲਿਆਂ ਦੇ ਉੱਪਰ ਸ਼ਾਇਦ ਗੱਲ ਨਾ ਲਾਗੂ ਹੋਵੇ ਜਿਹੜੇ ਕਬੀਲੇ ਹੁਣ ਵਸੋਂ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਨੇ ਤੇ ਪੱਕੇ ਤੌਰ ਤੇ ਸਥਾਪਿਤ ਹੋਣੇ ਸ਼ੁਰੂ ਹੋ ਗਏ ਨੇ, ਪਰ ਇਹ ਜਿਹੜੇ ਸਥਿਰ ਜੀਵਨ ਜਿਉਣ ਵਾਲੇ ਇੱਕ ਥਾਂ ਦੇ ਉੱਪਰ ਟਿਕ ਕੇ ਸਦੀਆਂ ਤੋਂ ਜੰਗਲਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਬਾਰੇ ਇਹ ਗੱਲ ਦਰੁਸਤ ਹੈ ਕਿ ਉਹਨਾਂ ਦੇ ਵਿੱਚ ਅੰਦਰੂਨੀ ਤੌਰ ਤੇ ਜਮਾਤ ਨਹੀਂ, ਉਹਨਾਂ 'ਚ ਕੋਈ ਅਮੀਰ ਤੇ ਗਰੀਬ, ਕੋਈ ਇੱਕ ਜਮਾਤ ਦਾ ਕਿਰਤੀ ਤੇ ਦੂਜਾ ਦੂਜੇ ਦੀ ਕਿਰਤ ਉੱਪਰ ਪਲਣ ਵਾਲਾ ਬੰਦਾ ਨਹੀਂ ਹੁੰਦਾ। ਅਮੀਰ ਤੇ ਗਰੀਬ ਦਾ ਦੀ ਬਜਾਏ ਅਸੀਂ ਇਹ ਕਹਿ ਸਕਦੇ ਹਾਂ ਕਿ ਉਤਪਾਦਨ ਦੇ ਸੰਬੰਧਾਂ ਦੇ ਵਿੱਚ ਕੋਈ ਇਹੋ ਜਿਹਾ ਨਹੀਂ ਹੁੰਦਾ ਜਿਹੜਾ ਇੱਕ ਉਤਪਾਦਨ ਕਰ ਰਿਹਾ ਹੋਵੇ ਉਹ ਤਾਂ ਗਰੀਬ ਹੋਵੇ ਤੇ ਦੂਜਾ ਉਸਦੇ ਉਤਪਾਦਨ ਦਾ ਲਾਭ ਲੈ ਰਿਹਾ ਹੋਵੇ ਤੇ ਉਹ ਅਮੀਰ ਹੋਵੇ ਤੇ ਆਪ ਨਾ ਕੰਮ ਕਰ ਰਿਹਾ ਹੋਵੇ। ਜਿਵੇਂ ਸਾਡੇ ਜੀਵਨ ਦੇ ਵਿੱਚ, ਸਾਡੇ ਜੀਵਨ ਦੇ ਵਿੱਚ ਜਦੋਂ ਅਸੀਂ ਜਮਾਤੀ ਸਮਾਜ ਕਹਿੰਦੇ ਹਾਂ ਤਾਂ ਇਹਦਾ ਮਤਲਬ ਕੰਮ ਕੋਈ ਹੋਰ ਕਰਦਾ ਤੇ ਕੰਮ ਦਾ ਜਿਹੜਾ ਸਾਰਾ ਮੁਨਾਫਾ ਤੇ ਕੰਮ ਦਾ ਜਿਹੜਾ ਲਾਭ ਹੈ ਸਾਰਾ, ਹੈ ਨਾ, ਕੰਮ ਦੇ ਵਿੱਚ ਜੋ ਉਤਪਾਦਨ ਪੈਦਾ ਹੁੰਦਾ ਉਹਦੇ ਉੱਪਰ ਮਲਕੀਅਤ ਕਿਸੇ ਹੋਰ ਦੀ ਹੈ, ਹੈ ਨਾ। ਕਾਰਖਾਨੇ ਵਿੱਚ ਕੰਮ ਕੋਈ ਹੋਰ ਕਰਦਾ ਤੇ ਉਸਦੀ ਪ੍ਰੋਡਕਟ ਕਿਸੇ ਹੋਰ ਦੀ ਹੈ। ਉਹਨਾਂ ਦੇ ਉੱਪਰ ਰਹਿਣ ਵਾਲੇ ਲੋਕ ਨੇ ਉਹਨਾਂ ਦੇ ਵਿੱਚ ਤੁਹਾਨੂੰ ਨਜ਼ਰ ਨਹੀਂ ਆਉ, ਠੀਕ ਹੈ। ਤਾਂ ਇਹ ਜਦੋਂ ਅਸੀਂ ਜਿਹੜੀ ਗੱਲ ਇੱਥੇ ਖਤਮ ਕਰਦੇ ਹਾਂ ਕਿ ਸਾਡੀ ਜਿਹੜੀ ਉਹਨਾਂ ਬਾਰੇ ਪ੍ਰਤੀਮਾਨਕ ਨਿਰਣਾ ਹੈਗਾ ਜਿਸ ਕਰਕੇ ਅਸੀਂ ਉਹਨੂੰ ਪਛੜੇ ਹੋਏ ਕਹਿੰਦੇ ਹਾਂ, ਤਾਂ ਉਸ ਪਛੜੇਵੇਂ ਦਾ ਆਧਾਰ ਜਿਹੜਾ ਹੈਗਾ ਉਹ ਪਦਾਰਥਕ ਤੌਰ ਤੇ, ਹੈ ਨਾ, ਜਿਹੜੀ ਸਾਡੇ ਕੋਲ ਸੁੱਖ ਸਹੂਲਤਾਂ ਨੇ ਉਸ ਨੁਕਤਾ ਨਿਗਾਹ ਤੋਂ ਹੀ ਸਿਰਫ ਅਸੀਂ ਉਹਨਾਂ ਨੂੰ ਕਹਿ ਰਹੇ ਹੁੰਦੇ ਹਾਂ। ਅਸੀਂ ਉਹਨਾਂ ਨੂੰ ਉਹਨਾਂ ਦੀ ਗਰੀਬੀ ਕਰਕੇ ਉਹਨਾਂ ਨੂੰ ਇਕਾਰਤ ਨਾਲ ਦੇਖ ਰਹੇ ਹੁੰਦੇ ਹਾਂ, ਪਰ ਜਦੋਂ ਅਸੀਂ ਉਹਨਾਂ ਦੇ ਸਮਾਜ ਦਾ, ਸੱਭਿਆਚਾਰ ਦਾ, ਅੰਤਰ ਵਿਅਕਤੀਗਤ ਸੰਬੰਧਾਂ ਦਾ ਅਧਿਐਨ ਕਰਦੇ ਹਾਂ ਤਾਂ ਨਜ਼ਰ ਆਉਂਦਾ ਹੈ, ਬਹੁਤ ਸਾਰੇ ਪਹਿਲੂ ਇਹੋ ਜਿਹੇ ਨਜ਼ਰ ਆਉਂਦੇ ਨੇ ਕਿ ਉਹਨਾਂ ਦੇ ਵਿੱਚ ਇਸ ਕਿਸਮ ਦੇ ਨਖੇੜੇ, ਸ਼ੋਸ਼ਣ ਤੇ ਜਿਹੜੀਆਂ ਨਾ ਬਰਾਬਰੀਆਂ ਨੇ ਉਹ ਨਹੀਂ ਹੈਗੀਆਂ, ਜਿਸ ਕਿਸਮ ਦੀਆਂ ਨਾ ਬਰਾਬਰੀਆਂ, ਸ਼ੋਸ਼ਣ ਦੇ ਵਿੱਚ ਅਸੀਂ ਰਹਿ ਰਹੇ ਹਾਂ, ਠੀਕ ਹੈ। ਅੱਜ ਦੀ ਘੜੀ ਅਸੀਂ ਇੱਥੇ ਇਹੀ ਗੱਲ ਖਤਮ ਕਰਦੇ ਹਾਂ। ਇਸ ਵਿਸ਼ੇ ਨੂੰ ਅਸੀਂ ਅੱਗੇ ਅਗਲੇ ਲੈਕਚਰ ਦੇ ਵਿੱਚ ਵੀ ਲੈ ਕੇ ਜਾਵਾਂਗੇ।